ਵੀ ਪੰਨੀ ਦੇ ਤਾਂ ਆਪਾਂ ਗਲਤ ਉਹ ਕਰੀ ਜਾਂਦੇ ਹਾਂ ਵੀ ਟੀਕਾ ਲਾ ਕੇ ਦੇਖੀ ਵੀ ਟੀਕੇ ਦਾ ਬੜਾ ਨਜ਼ਾਰਾ ਹੋਊਗਾ, ਵੀ ਕਿਹੜਾ ਲਾ ਕੇ ਕੱਢਤਾ ਵੀ ਤੂੰ ਨਾਲ ਦੀ ਨਾਲ ਸੁਰਗਾਂ 'ਚ ਪਹੁੰਚ ਜਾਏਗਾ, ਤੈਨੂੰ ਕੁਛ ਨਹੀਂ ਪਤਾ ਲੱਗਣਾ ਹੈਗਾ, ਰੋਜ਼ ਦਾ 15,000 ਦਾ ਚਿੱਟਾ ਰੋਜ਼ ਪੀਣਾ ਹੀ ਪੀਣਾ, ਧੀਆਂ ਤਾਂ ਚਾਹੇ 5 ਹੁੰਦੀਆਂ ਤਾਂ ਵੀ ਇੰਨਾ ਦੁਖੀ ਨਹੀਂ ਹੁੰਦਾ, ਵੀ ਜੇਲ੍ਹ 'ਚ ਵੀ ਲਾ ਕੇ ਆਇਆ ਮੈਂ ਮਹੀਨਾ ਜੇਲ੍ਹ 'ਚ ਵੀ ਟੀਕੇ ਲਾਉਂਦਾ ਰਿਹਾ ਜੇਲ੍ਹ ਦੇ ਅੰਦਰ, ਅਤੇ ਉਸ ਤੋਂ ਬਾਅਦ ਜੇਲ੍ਹ 'ਚ ਕਿਵੇਂ ਪਹੁੰਚ ਜਾਂਦਾ ਮਿਲ ਜਾਂਦਾ ਅੰਦਰ ਸਰ? ਜੇਲ੍ਹ 'ਚ ਤਾਂ ਵਾਧੂ ਮਿਲ ਜਾਂਦਾ ਜੀ, ਇਹ ਅੰਦਰ ਬਾਹਰੇ ਨਹੀਂ ਮਿਲਦਾ, ਅੰਦਰ ਵਾਧੂ ਮਿਲਦਾ ਜੀ। ਹੱਥਾਂ ਦੇ ਵੀ ਲਾਇਆ ਸਿੱਧੇ, ਆਹ ਹੱਥਾਂ ਦੇ ਸਿੱਧੇ ਹੱਥਾਂ ਦੇ, ਹਾਂ ਇਨਸੋਲਿਨ ਨਾਲ ਪੈਸਾ ਮੇਰਾ ਹੁੰਦਾ ਜੀ। ਉਦੋਂ ਬਾਅਦ ਹੌਲੀ ਹੌਲੀ ਵੇਚਣ 'ਤੇ ਵੀ ਆ ਗਿਆ ਜੀ, ਮੈਂ ਬੂਕਤਾ ਹੋਊਗਾ ਜੀ 1.5-2 ਕਰੋੜ ਰੁਪਇਆ ਬੂਕਤਾ। ਪਹਿਲਾਂ ਮਾਝੀ ਸਾਹਿਬ ਕੋਲ ਆਉਣ ਤੋਂ ਪਹਿਲਾਂ ਕਿੰਨੇ ਕੁ ਲੋਕਾਂ ਦੇ ਕੋਲ ਗਏ ਕਿ ਮੇਰੇ ਪੁੱਤ ਦਾ ਭਾਈ ਤੁਸੀਂ ਆਹ ਚੀਜ਼ ਛਡਾਓ ਯਾਰ, ਮੈਂ ਬਹੁਤ ਤਾਂ ਜੀ ਵੀ ਜੇ ਕੋਈ ਐਂ ਕਹਿੰਦਾ ਵੀ ਉੱਥੇ ਸਿਆਣਾ ਐਂ ਕਰ ਦੂਗਾ, ਮੈਂ ਕੋਈ ਕੁਛ ਛੱਡੀ ਨਹੀਂ ਹੈਗਾ। ਟਾ ਪੀ ਕੀ ਨੀਂਦ ਆਉਂਦੀ ਸੀ ਮੈਨੂੰ, ਚਿੱਟੇ ਤੋਂ ਬਗੈਰ ਨੀਂਦ ਨਹੀਂ ਆਉਂਦੀ ਸੀ। ਅੰਦਰ ਜੇਲ੍ਹ ਦੇ ਵਿੱਚ ਜਿਵੇਂ ਬਾਹਰੇ ਉਰੇ 4,000 ਦਾ ਗ੍ਰਾਮ ਦੀ, ਅਤੇ ਅੰਦਰ 2,500 ਰੁਪਏ ਦਾ ਢੱਕਣ ਕੋਲਗੇਟ ਵਾਲਾ ਦਿੰਦੇ ਨੇ। ਬਾਹਾਂ ਟੀਕਿਆਂ ਦੇ ਨਾਲ ਬਿੰਨੀਆਂ ਹੋਈਆਂ ਨੇ, ਹੱਥ ਦੇਖ ਲਓ ਜਿਵੇਂ ਕੋਈ ਡਾਕਟਰ ਦੇ ਮੂਹਰੇ ਲੱਗਿਆ ਹੋਇਆ, ਉਹਨੂੰ ਕਹਿ ਦੇਣਾ ਵੀ ਪੈਸੇ ਦੇ ਦਾਂਗੇ ਜਾਂ ਤੈਨੂੰ ਚਿੱਟਾ ਦੇ ਦਾਂਗੇ, ਉਦੋਂ ਲਵਾ ਕੇ ਲੈ ਕੇ ਆਉਣਾ, ਜਾਂ ਸੂਈ ਪੱਕੀ ਫਿੱਟ ਕਰਾ ਲੈਣੀ, ਪੱਕੀ ਫਿੱਟ ਕਰਾ ਲੈਣੀ ਵੀ ਉਹਦੇ ਵਿੱਚ ਦੁਬਾਰੇ ਵੀ ਜਾਣੀ ਕਿ ਨਾੜ ਨਾ ਦੂਜੀ ਖਰਾਬ ਹੋਵੇ, ਪੱਕੀ ਵੀ ਫਿੱਟ ਕਰਾ ਲਓ। ਠੀਕ ਵੀ ਫਿੱਟ, ਹਾਂ ਪੱਕੀ ਵੀ ਫਿੱਟ ਕਰਾ ਲੈਣਾ। ਕਿੰਨੇ ਕਿੰਨੇ ਉਹ ਟੀਕਾ ਜਿਹੜਾ ਪੱਕਾ ਫਿੱਟ ਕਰਾ ਕਰਾਉਂਦੇ ਸੀ, ਕਿੰਨੇ ਕਿੰਨੇ? ਉਹ ਬਸ ਇੱਕ ਜਾਂ 2 ਦਿਨ ਚੱਲਦਾ ਸੀ, ਕਿਉਂਕਿ ਮੈਂ ਸਮਾਨ ਦੀ ਜਿਹੜਾ ਜੀ ਬਹੁਤ ਜ਼ਿਆਦਾ ਲਾਉਂਦਾ ਸੀ, ਬਹੁਤ ਜ਼ਿਆਦਾ ਲਾਉਣ ਕਰਕੇ ਮਤਲਬ ਅੰਦਰੋਂ ਨਾੜਾਂ ਮਰ ਚੁੱਕੀਆਂ ਹੁੰਦੀਆਂ ਜਮੀ। ਛੱਡਿਆ ਕਿਵੇਂ, ਛਡਾਇਆ ਕਿਵੇਂ, ਦਵਾਈ ਕਿਵੇਂ ਸੀ, ਕਿਹੜੀ ਦਵਾਈ ਸੀ? ਦਵਾਈ ਕੋਈ ਨਹੀਂ ਵਰਤੀ ਜੀ ਬਾਈ ਦੀ, ਇਹਨਾਂ ਨਾਲ ਮਤਲਬ ਕੌਂਸਲਿੰਗ ਕਰੀ ਜਦੋਂ ਉਹਦੇ ਨਾਲ ਇਹ ਛੱਡਿਆ, ਕੋਈ ਦਵਾਈ ਨਹੀਂ ਵਰਤੀ ਹੈਗੀ। ਅਸੀਂ ਅੱਜ ਤੁਹਾਨੂੰ ਉਸ ਨੌਜਵਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ, ਪੰਜਾਬ ਦਾ ਉਹ ਨੌਜਵਾਨ ਆ ਜੋ ਕਿ 10,000 ਤੋਂ ਵੱਧ ਦਾ ਹਰ ਰੋਜ਼ ਚਿੱਟਾ ਪੀ ਜਾਂਦਾ ਸੀ। ਉਸਦੀਆਂ ਬਾਹਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ, ਬਾਹਾਂ ਟੀਕਿਆਂ ਦੇ ਨਾਲ ਬਿੰਨੀਆਂ ਹੋਈਆਂ ਨੇ, ਹੱਥ ਦੇਖ ਲਓ, ਅਜਿਹਾ ਕੋਈ ਪਾਸਾ ਨਹੀਂ ਬਾਂਹ ਤੋਂ ਲੈ ਕੇ ਆ ਹੱਥ ਤੱਕ ਵੀ ਜਿੱਥੇ ਕੋਈ ਇੱਕ ਵੀ ਟੀਕਾ ਨਾ ਲੱਗਿਆ ਹੋਵੇ। ਇਹ ਨੌਜਵਾਨ ਦਾ ਦਾਅਵਾ ਹੈ ਕਿ ਇਹ ਹਜ਼ਾਰਾਂ ਰੁਪਇਆ ਜਿਹੜਾ ਇਸ ਚਿੱਟੇ ਦੇ ਵਿੱਚ ਉਡਾ ਚੁੱਕਿਆ, ਹਰ ਰੋਜ਼ 10,000 ਦਾ ਚਿੱਟਾ ਲਾਉਂਦਾ ਸੀ। ਸਾਲ 2009 ਤੋਂ ਦੌਰ ਚੱਲਿਆ, ਅਜਿਹੇ ਲੋਕਾਂ ਦੇ ਨਾਲ ਜੁੜਿਆ, ਹੌਲੀ ਹੌਲੀ ਜਿਹੜੀ ਡੋਜ਼ ਲੈਣ ਦੀ ਆਦਤ ਸੀ ਉਹ ਵੱਧਦੀ ਗਈ, ਉਸ ਤੋਂ ਬਾਅਦ ਘਰਦਿਆਂ ਤੋਂ ਪੈਸੇ ਲੈਣੇ ਤਾਂ ਫਿਰ ਚਿੱਟੇ ਦਾ ਸੇਵਨ ਕਰਦਾ ਰਿਹਾ। ਗੱਲਬਾਤ ਕਰਦੇ ਹਾਂ ਕਿ ਕਿਵੇਂ ਹੁਣ ਇਸ ਲੱਤ ਤੋਂ ਛੁਟਕਾਰਾ ਮਿਲਿਆ। ਤੁਹਾਡੇ ਸਾਹਮਣੇ ਖੜ੍ਹਾ ਨੌਜਵਾਨ, 25-26 ਸਾਲ ਇਸ ਨੌਜਵਾਨ ਦੀ ਉਮਰ ਹੈ, ਕੀ ਨਾਮ ਹੈ? ਨਾਮ ਤੁਹਾਡਾ ਨਹੀਂ ਦੱਸਾਂਗੇ। ਕਿਵੇਂ ਇਸ ਚੀਜ਼ ਦੇ ਵੱਲ, ਕਿਸ ਤਰੀਕੇ ਦੇ ਨਾਲ ਜੁੜ ਗਏ, ਕਦੋਂ ਤੋਂ ਲਾਉਣ ਲੱਗੇ ਚਿੱਟਾ? ਮੈਂ 2008 ਅਤੇ 9 ਦੇ ਵਿੱਚ ਅਸੀਂ ਫਰੈਂਡ ਸਰਕਲ ਸੀ ਸਾਡਾ, ਅਸੀਂ ਫਰੀਦਕੋਟ ਗਏ ਹੋਏ ਸੀ, ਉੱਥੇ ਇਹਨਾਂ ਨੇ ਕੁਦਰਤੀ ਕਹਿਤਾ, ਕਹਿੰਦੇ ਵੀ ਤੈਂ ਚਿੱਟਾ ਪੀਤਾ ਕਦੇ? ਮੈਂ ਕਿਹਾ ਵੀ ਨਾ, ਮੈਂ ਚਿੱਟਾ ਨਹੀਂ ਪੀਤਾ ਕਦੇ, ਵੀ ਮੈਂ ਸਮੈਕ ਸਮੂਕ ਜੀ ਤਾਂ ਪੀਤੀ ਆ। ਉਹ ਕਹਿੰਦੇ ਚੱਲ ਪੀ ਕੇ ਨਾ ਦੇਖੀਏ। ਮੈਂ ਚਲੋ ਦੇਖ ਲੈਣੇ ਪੀ ਕੇ। ਉਦੋਂ ਬਾਅਦ 'ਚ ਛੱਡ ਲਵੇ 1,5-1.5 ਲੱਖ ਰੁਪਈਏ ਮੰਗੂਤੀ ਉਸ ਟਾਈਮ, ਅਤੇ ਉਹ ਕਹਿੰਦੇ ਵੀ ਜਾਊ ਕੌਣ ਨਾਲ ਲੈਣ? ਮੈਂ ਵੀ ਮੈਂ ਜਾਊਂਗਾ। ਉਸ ਟਾਈਮ ਮੇਰੀ ਉਮਰ ਹੋਊਗੀ 13-14 ਸਾਲ ਤੋਂ ਲਾਉਣ ਲੱਗੇ ਸੀ। ਹਾਂ, ਪੜ੍ਹੇ ਨਹੀਂ ਫਿਰ?
ਪੜ੍ਹੇ ਪੜ੍ਹੇ ਵੀ ਹੈ ਜੀ ਅਤੇ 13-14 ਸਾਲ ਉਹ ਕਹਿੰਦੇ ਵੀ ਕੌਣ ਜਾਊਗਾ ਨਾਲ ਲੈਣ ਚਿੱਟਾ, ਉਹ ਸਾਰੇ ਕਹਿੰਦੇ ਵੀ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ, ਮੈਂ ਚੱਲ ਮੈਂ ਜਾਊਂਗਾ। ਮੈਂ ਗਿਆ ਉੱਥੇ, ਜਿਹੜਾ ਵਿੱਚ ਬੰਦਾ ਦੀ ਜਿਹਨੇ ਦਬਾਇਆ ਸੀ ਉਹਦਾ ਉਹ ਵਿੱਚੋਂ ਖਾਣੀ ਖਾ ਗਿਆ ਜੀ। ਉਦੋਂ ਬਾਅਦ 'ਚ ਮੈਂ ਸਿੱਧਾ ਬੰਦੇ ਦਾ ਨੰਬਰ ਲੈ ਆਇਆ। ਬਸ ਸਭ ਤੋਂ ਪਹਿਲਾਂ ਕਿੰਨੇ ਹਜ਼ਾਰ ਦਾ ਚਿੱਟਾ ਲੈ ਕੇ ਆਏ ਸੀ? ਅਸੀਂ ਲੈ ਕੇ ਆਏ ਸੀ 15,000 ਦਾ। 15,000 ਹਾਂ, ਅਤੇ 15,000 ਦਾ ਚਿੱਟਾ ਲੈ ਕੇ ਉਹ 'ਚ ਅਸੀਂ ਨੇ 4 ਪੰਨੀ ਦੇ ਪੀਂਦੇ ਹੁੰਦੇ ਸੀ ਪੇਪਰ 'ਤੇ ਜੀ, 4-5 ਕਿੱਲੇ ਇਹਨਾਂ ਲਾਉਂਦੇ ਸੀ, ਨਾਲ ਦੀ ਨਾਲ ਸਾਨੂੰ ਉਲਟੀ ਆ ਜਾਂਦੀ ਸੀ ਉਹਦੀ। ਦੂਜੇ ਦਿਨ ਖਤਮ ਹੋ ਗਏ ਦੀ, 3-4 ਜਾਣੇ ਦੀ ਅਸੀਂ ਦੂਜੇ ਦਿਨ ਖਤਮ ਹੋ ਗਏ ਸੀ, ਦੂਜੇ ਦਿਨ ਦੁਬਾਰਾ ਲੈਣ ਵਗ ਗਏ ਸੀ। ਫਿਰ ਉਸ ਤੋਂ ਬਾਅਦ ਪੀਂਦੇ ਤੁਸੀਂ ਸਿੱਧੀ ਨੰਬਰ ਸੰਪਰਕ ਕਰ ਲਿਆ, ਨੰਬਰ ਲੈ ਕੇ ਉਹਦੇ ਨਾਲ ਸਿੱਧੀ ਸੰਪਰਕ ਕਰ ਲਿਆ। ਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਦੇ ਮੈਂ ਜਿਹੜਾ ਮੇਰੇ ਨਾਲ ਦਾ ਮੁੰਡਾ ਦੀ ਮੈਂ ਵਿੱਚ ਦੀ ਪੀ ਲੈਂਦਾ ਸੀ, ਵਿੱਚ ਦੀ ਪੀਂਦਾ ਵੀ ਨਹੀਂ ਸੀ, ਉਦੋਂ ਨਵਾਂ ਖੂਨ ਸੀ, ਤੋੜ ਨਹੀਂ ਲੱਗਦੀ ਸੀ। ਜਿਹੜਾ ਮੇਰੇ ਨੂੰ ਮਤਲਬ ਵੱਡਾ ਮੁੰਡਾ ਸੀ ਮੇਰੇ ਨਾਲ ਦੋਸਤ ਫਰੈਂਡ ਮੇਰਾ, ਉਹ ਕਹਿੰਦਾ ਵੀ ਮੈਨੂੰ 1-2 ਮਹੀਨਿਆਂ ਮਗਰੋਂ ਮਿਲਿਆ, ਮੈਨੂੰ ਕਹਿੰਦਾ ਐਂ ਕਰਕੇ ਵੀ ਪੰਨੀ ਦਾ ਤਾਂ ਆਪਾਂ ਗਲਤ ਉਹ ਕਰੀ ਜਾਂਦੇ ਹਾਂ ਵੀ ਟੀਕਾ ਲਾ ਕੇ ਦੇਖ ਇਹਨੂੰ, ਵੀ ਟੀਕੇ ਦਾ ਬੜਾ ਨਜ਼ਾਰਾ ਆਊਗਾ। ਵੀ ਪੰਨੀ ਦੇ ਤਾਂ ਤਰੀਕਾ ਸਹੀ ਨਹੀਂ ਹੈਗਾ, ਵੀ ਟੀਕੇ ਦੇ ਨਾਲ ਲਾਉਂਦੇ ਆਪਾਂ, ਅਗਲਾ ਤਰੀਕਾ ਉਹ ਆ। ਹਾਂ ਵੀ ਟੀਕੇ ਨਾਲ ਜਦੋਂ ਤੇਰੇ ਵੀ ਕਿਹੜਾ ਲਾ ਕੇ ਕੱਢਤਾ ਵੀ ਤੂੰ ਨਾਲ ਦੀ ਨਾਲ ਸੁਰਗਾਂ 'ਚ ਪਹੁੰਚ ਜਾਏਗਾ, ਤੈਨੂੰ ਕੁਛ ਨਹੀਂ ਪਤਾ ਲੱਗਣਾ ਹੈਗਾ। ਅਤੇ ਮੈਂ ਆਖਿਆ ਵੀ ਮੈਂ ਕਦੇ ਟੀਕਾ ਤਾਂ ਲਵਾਇਆ ਨਹੀਂ ਹੈਗਾ, ਵੀ ਮੈਂ ਨਹੀਂ ਗਾ ਟੀਕਾ ਲਾਉਣ ਦਾ ਹੈਗਾ। ਉਹ ਕਹਿੰਦਾ ਜੇ ਦੁੱਖ ਲੱਗੂਗਾ ਬਾਂਹ ਖਿੱਚ ਲਈ ਆਪਦੀ। ਮੈਂ ਚੱਲ ਠੀਕ ਆ ਦੇਖਦੇ ਹਾਂ। ਅਤੇ ਸਾਡੇ ਲਵੇ ਮੋਟਰ ਦੀ ਖੇਤ, ਉੱਥੇ ਅਸੀਂ ਗਏ, ਉਹਨੇ ਟੀਕਾ ਲਾਇਆ, ਮੇਰੇ ਦੁੱਖ ਨਹੀਂ ਲੱਗਿਆ, ਪਤਾ ਨਹੀਂ ਲੱਗਣ ਦਿੱਤਾ। ਉਦੋਂ ਬਾਅਦ ਜਦੋਂ ਨਾਲ ਦੀ ਨਾਲ ਉਹਨੇ ਟੀਕਾ ਕੱਢਿਆ, ਟੀਕਾ ਕੱਢਣ ਸਾਰੇ ਮੈਨੂੰ ਨਸ਼ਾ ਹੋ ਗਿਆ। ਉਦੋਂ ਬਾਅਦ 'ਚ ਸਾਰੀ ਰਾਤ ਮੇਰੀ ਉਲਟੀਆਂ ਕਰਦੀ ਦੀ ਲੰਘ ਗਈ, ਪਾਣੀ ਪੀ ਲੈਂਦਾ ਦੀ ਉਲਟੀ ਕਰਦਾ ਦੀ, ਪਾਣੀ ਪੀ ਲੈਂਦਾ ਦੀ ਉਲਟੀ ਕਰਦਾ ਦੀ। ਬਸ ਫਿਰ ਉਸ ਤੋਂ ਬਾਅਦ ਇਹੋ ਜਿਹਾ ਦੌਰ ਚੱਲਿਆ, ਮੁੜ ਕੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਹੈਗਾ। ਰੋਜ਼ ਦਾ 15,000 ਦਾ ਚਿੱਟਾ ਰੋਜ਼ ਪੀਣਾ ਹੀ ਪੀਣਾ ਦੀ। ਫਿਰ ਤੁਸੀਂ ਇਹ ਜਿਹੜੇ ਟੀਕੇ ਲੱਗੇ ਹੋਏ ਨੇ ਬਾਹਾਂ 'ਤੇ ਆਪ ਲਾਉਂਦੇ ਸੀ? ਇਹ ਮੈਂ ਪਹਿਲਾਂ ਤਾਂ ਆਪ ਲਾਉਣ ਲੱਗ ਗਿਆ ਸੀ, ਉਦੋਂ ਬਾਅਦ 'ਚ ਜਦੋਂ ਮੇਰੀਆਂ ਨਾੜਾਂ ਮਤਲਬ ਮਰ ਗਈਆਂ, ਉਦੋਂ ਬਾਅਦ 'ਚ ਫਿਰ ਕਿਸੇ ਨਾ ਕਿਸੇ ਮੁੰਡੇ ਤੋਂ ਜਿਵੇਂ ਕੋਈ ਡਾਕਟਰ ਦੇ ਮੂਹਰੇ ਲੱਗਿਆ ਹੋਇਆ ਉਹਨੂੰ ਕਹਿ ਦੇਣਾ ਵੀ ਪੈਸੇ ਦੇ ਦਾਂਗੇ ਜਾਂ ਤੈਨੂੰ ਚਿੱਟਾ ਦੇ ਦਾਂਗੇ, ਉਹ ਤੋਂ ਲਵਾ ਕੇ ਲੈ ਕੇ ਆਉਣਾ, ਜਾਂ ਸੂਈ ਪੱਕੀ ਫਿੱਟ ਕਰਾ ਲੈਣੀ, ਪੱਕੀ ਫਿੱਟ ਕਰਾ ਲੈਣੀ ਵੀ ਉਹਦੇ ਵਿੱਚ ਦੁਬਾਰੇ ਵੀ ਜਾਣੀ ਕਿ ਨਾੜ ਨਾ ਦੂਜੀ ਖਰਾਬ ਹੋਵੇ, ਪੱਕੀ ਫਿੱਟ ਕਰਾ ਲਓ ਟੀਕਾ ਵੀ ਫਿੱਟ। ਹਾਂ ਪੱਕੀ ਵੀ ਫਿੱਟ ਕਰਾ ਲੈਣਾ। ਕਿੰਨੇ ਕਿੰਨੇ ਦਿਨ ਉਹ ਟੀਕਾ ਜਿਹੜਾ ਪੱਕਾ ਫਿੱਟ ਕਰਾ ਕੇ ਰੱਖਦੇ ਸੀ ਕਿੰਨੇ ਕਿੰਨੇ ਦਿਨ? ਉਹ ਬਸ ਇੱਕ ਜਾਂ ਦੋ ਦਿਨ ਚੱਲਦਾ ਸੀ, ਕਿਉਂਕਿ ਮੈਂ ਸਮਾਨ ਦੀ ਜਿਹੜਾ ਜੀ ਬਹੁਤ ਜ਼ਿਆਦਾ ਲਾਉਂਦਾ ਸੀ, ਬਹੁਤ ਜ਼ਿਆਦਾ ਲਾਉਣ ਕਰਕੇ ਮਤਲਬ ਅੰਦਰੋਂ ਨਾੜਾਂ ਮਰ ਚੁੱਕੀਆਂ ਦੀਆਂ, ਜਮੀ ਨਾੜਾਂ ਮਰ ਚੁੱਕੀਆਂ ਦੀ। 10-15,000 ਤੱਕ ਦਾ ਯਾਨੀ ਕਿ ਰੋਜ਼ ਦਾ ਲੈਂਦੇ ਸੀ, ਰੋਜ਼ ਦਾ ਲਾਉਂਦੇ ਸੀ, ਰੋਜ਼ ਦਾ ਲਾਉਂਦੇ ਸੀ। ਹੋਰ ਸਾਥੀ ਕਿੰਨੇ ਨਾਲ ਹੁੰਦੇ ਸੀ ਫਿਰ? ਉਦੋਂ ਤਾਂ ਸਾਥੀ ਤਾਂ ਬਥੇਰੇ ਦੀ ਨਾਲ, ਉਹ ਬਸ ਪੀਣ ਵਾਲੇ ਸੀ, ਉਹ ਸਾਰੇ ਪੀਣ ਵਾਲੇ ਦੀ। ਪੈਸਾ ਤੇਰਾ ਹੁੰਦਾ ਸੀ? ਪੈਸਾ ਮੇਰਾ ਹੁੰਦਾ ਦੀ। ਉਦੋਂ ਬਾਅਦ ਹੌਲੀ ਹੌਲੀ ਵੇਚਣ ਤੇ ਵੀ ਆ ਗਿਆ ਜੀ। ਕੀ ਵੇਚਦਾ ਜੀ ਘਰੋਂ? ਚੱਕ ਘਰੋਂ ਮਤਲਬ ਮੈਂ ਹੌਲੀ ਹੌਲੀ ਜਦੋਂ ਪੀਣ ਲੱਗ ਗਿਆ ਵਧੀ ਬਦਲਣ ਲੱਗ ਗਈ ਉਹ, ਫਿਰ ਮੈਂ ਆਪ ਵੇਚਣ ਵੀ ਲੱਗ ਗਿਆ। ਅੱਛਾ ਵੇਚਣ ਵੀ ਲੱਗ ਗਿਆ? ਲੈ ਲੈਣਾ ਅੱਗੇ ਕਿਸੇ ਨੂੰ ਦੇ ਦੇਣਾ? ਹਾਂ ਮੈਂ ਅੱਗੇ ਲੈ ਲੈਣਾ ਹੌਲੀ ਹੌਲੀ ਵੇਚਣ ਲੱਗ ਗਏ। ਉਸ ਤੋਂ ਬਾਅਦ ਮੇਰੇ ਘਰਦਿਆਂ ਨੇ ਮੈਨੂੰ ਸੈਂਟਰ ਵੀ ਚੁਕਾ ਦਿੱਤਾ,
ਸੈਂਟਰ ਚ ਗਿਆ ਹੈ ਉਹ ਬਸ 2-3 ਮਹੀਨੇ ਨਹੀਂ ਮੈਂ ਚਿੱਟਾ ਲਾਇਆ, ਉਸ ਤੋਂ ਬਾਅਦ ਫਿਰ ਆਉਣ ਸਾਰ ਫਿਰ ਲਾਉਣ ਲੱਗ ਗਿਆ। ਫਿਰ ਆ ਕੇ ਮੈਂ ਜੇਲ੍ਹ ਗਿਆ, ਜੇਲ੍ਹ ਗਿਆ ਜਦੋਂ ਤਿੰਨ ਉੱਥੇ ਵੀ ਜੇਲ੍ਹ 'ਚ ਵੀ ਲਾ ਕੇ ਆਇਆ ਮੈਂ ਮਹੀਨਾ ਜੇਲ੍ਹ 'ਚ ਵੀ ਟੀਕੇ ਲਾਉਂਦਾ ਰਿਹਾ ਜੇਲ੍ਹ ਦੇ ਅੰਦਰ। ਅਤੇ ਉਸ ਤੋਂ ਬਾਅਦ ਜੇਲ੍ਹ 'ਚ ਕਿਵੇਂ ਪਹੁੰਚ ਜਾਂਦਾ, ਮਿਲ ਜਾਂਦਾ ਅੰਦਰ ਸਾਰਾ ਕੁਝ? ਜੇਲ੍ਹ 'ਚ ਤਾਂ ਵਾਧੂ ਮਿਲ ਜਾਂਦਾ ਜੀ, ਇਹ ਅੰਦਰ ਬਾਹਰੇ ਨਹੀਂ ਮਿਲਦਾ, ਅੰਦਰ ਵਾਧੂ ਮਿਲਦਾ ਚਿੱਟਾ। ਅੰਦਰ ਪੂਰਾ ਮਿਲਦਾ, ਅੰਦਰ ਪੂਰਾ ਮਿਲਦਾ ਵਾ। ਮੈਂ ਸੰਗਰੂਰ ਜੇਲ੍ਹ 'ਚ ਰਿਹਾ ਸੀ, ਹਾਂ ਉਹ ਹੋਊਗੀ 2015-16 ਦੀ ਗੱਲ, ਹਾਂ। ਅਤੇ ਉਸ ਤੋਂ ਬਾਅਦ ਜਦੋਂ ਚਿੱਟਾ ਲਾਉਂਦੇ ਸੀ ਬਾਹਰੇ ਆ ਕੇ ਵੀ ਫਿਰ ਲਾਈ ਜਾਣਾ, ਅਤੇ ਸਾਡੇ ਨਾਲ ਮੁੰਡਾ ਇੱਕ ਮਰ ਵੀ ਗਿਆ ਸੀ ਨਾਲ। ਅੰਦਰ ਜਿਹੜਾ ਤੁਸੀਂ ਚਿੱਟੇ ਦੀ ਗੱਲ ਕਰਦੇ ਹੋ, ਜੇਲ੍ਹ ਦੇ ਵਿੱਚ ਕਿੰਨਾ ਕੁ ਮਹਿੰਗਾ ਵਿਕਦਾ ਸੀ ਅੰਦਰ? ਅੰਦਰ ਜੇਲ੍ਹ ਦੇ ਵਿੱਚ ਜਿਵੇਂ ਬਾਹਰੇ ਉਰੇ 4,000 ਦਾ ਗ੍ਰਾਮ ਸੀ, ਅਤੇ ਅੰਦਰ 2,500 ਰੁਪਏ ਦਾ ਢੱਕਣ ਕੋਲਗੇਟ ਵਾਲਾ ਦਿੰਦੇ ਨੇ ਜੀ। ਕੋਲਗੇਟ ਵਾਲਾ ਢੱਕਣ ਹੁੰਦਾ ਜਿਹੜਾ, ਉਹ 2,500 ਜਾਂ 3,000 ਦਾ ਢੱਕਣ ਦਿੰਦੇ ਸੀ। ਉਦੋਂ ਜਿਹਦੇ ਜੇਕਰ ਉਹ ਜਦੋਂ ਚੀਜ਼ ਨਹੀਂ ਮਿਲਦੀ ਸੀ ਚਿੱਟਾ, ਫਿਰ ਤੋੜ ਲੱਗਦੀ ਸੀ ਪੂਰੀ ਸਰੀਰ ਟੁੱਟ, ਹਾਂ ਫਿਰ ਲੱਗਦੀ ਸੀ। ਫਿਰ ਜਿਹੜੀ ਜੀਭ ਥੱਲੇ ਰੱਖਣ ਵਾਲੀ ਗੋਲੀ ਆ ਉਹਨੂੰ ਮਤਲਬ ਭੋਰ ਕੇ ਨੱਕ ਨਾਲ ਸਨਿਪ ਕਰਦੀ ਸੀ, ਉਹ ਵੀ ਨਸ਼ਾ ਕਰਦੀ ਸੀ। ਅਤੇ ਜਦੋਂ ਮਤਲਬ ਅੰਦਰ ਟੀਕਾ ਨਹੀਂ ਮਿਲਦਾ ਸੀ, ਫਿਰ ਜਿਹੜੀ ਦਹੀਂ ਵਾਲੀ, ਦਹੀਂ ਦੇ ਉੱਪਰ ਕਾਗਜ਼ ਲੱਗਿਆ ਹੁੰਦਾ ਚਿਲਕਣਾ ਆ, ਉਹ ਉਹਨੂੰ ਪੇਪਰ ਬਣਾ ਕੇ ਦੀਵੇ ਨਾਲ ਫਿਰ ਅੰਦਰ ਸਮਾਨ ਉਹਦੇ ਨਾਲ ਪੀਂਦੇ ਸੀ ਜੇਲ੍ਹ 'ਚ, ਹਾਂ ਜੇਲ੍ਹ 'ਚ, ਕਿਉਂਕਿ ਲੈਟਰ ਤਾਂ ਹੁੰਦਾ ਨਹੀਂ ਹੈਗਾ, ਨਾ ਸੀਖਾਂ ਦੀ ਡੱਬੀ, ਉਹ ਵੀ ਨੰਬਰਦਾਰ ਲਵੇ ਹੁੰਦੀ ਆ, 13 ਦੀਵਾ ਚਲਾ ਲੈਂਦੇ ਸੀ। ਉਦੋਂ ਬਾਅਦ 'ਚ ਬਸ ਫਿਰ ਉਹ ਥੋੜ੍ਹੀ ਥੋੜ੍ਹੀ ਕਰਕੇ ਬਸ ਜੇ ਮਤਲਬ ਪੰਨੀ ਤਾਂ ਹੁੰਦੀ ਆ ਜਿਹੜੀ ਲੰਬੀ ਹੋ ਜਾਂਦੀ ਆ, ਜਿਹੜੀ ਬਾਹਰੇ ਮਿਲਦੀ ਆ। ਜੇਲ੍ਹ ਦੇ ਵਿੱਚ ਤਾਂ ਯਾਰ ਕੁਛ ਪਹੁੰਚਦਾ ਨਹੀਂ, ਪੂਰੀ ਸੁਰੱਖਿਆ ਹੁੰਦੀ, ਕਿਵੇਂ ਫਿਰ ਪਹੁੰਚ ਜਾਂਦਾ ਸੀ? ਪੁਲਿਸ ਵਾਲੇ ਦੇ ਕੇ ਜਾਂਦੇ? ਜੇਲ੍ਹ 'ਚ ਵਾਧੂ ਹੀ, ਪੁਲਿਸ ਵਾਲੇ ਵੀ, ਬਾਕੀ ਜੇਲ੍ਹ ਤੋਂ ਬਾਹਰੋਂ ਫੇਂਕ ਮਤਲਬ ਉਹ ਹੋ ਜਾਂਦਾ ਜੀ, ਜਾਂਦੇ ਸੀ ਤਸਕਰ, ਹਾਂ ਬਾਹਰ ਤੁਹਾਡੇ ਤੱਕ ਪਹੁੰਚ ਜਾਂਦਾ ਸੀ ਕਿਤੇ ਕਿ ਮਰਜ਼ੀ, ਹਾਂ ਮਤਲਬ ਗੋਲ ਕਰਕੇ ਚੇਪੀਆਂ ਲਾ ਕੇ ਬਾਹਰੋਂ ਸੁੱਟੇ ਜਾਂਦੇ ਸੀ ਵੀ ਇੰਨੇ ਕੁ ਵਜੇ ਸੁੱਟ ਕੇ ਜਾਵਾਂਗੇ, ਇੰਨੇ ਕੁ ਵਜੇ ਚੱਕ ਲਿਓ, ਅਸੀਂ ਸਾਰਾ ਕੁਛ। ਫਿਰ ਉਹ ਜਿਹੜਾ ਤੁਹਾਨੂੰ ਦਿੰਦੇ ਸੀ ਸਮਾਨ, ਉਹਦੇ ਐਕਸਟਰਾ ਪੈਸੇ ਵੀ ਮਿਲਦੇ ਸੀ, ਲੈਂਦੇ ਸੀ ਤੁਹਾਡੇ ਤੋਂ ਵੀ, ਅਸੀਂ ਤੁਹਾਡੇ ਤੱਕ ਸਪਲਾਈ ਕੀਤਾ, ਉਹਦੇ ਐਕਸਟਰਾ ਪੈਸੇ ਦਿਓ? ਹਾਂ ਮਹਿੰਗੀ ਇੰਨਾ ਦਿੰਦੇ ਸੀ ਉਹ? ਨਾ ਮਹਿੰਗੀ ਇੰਨੀ ਦਿੰਦੇ ਸੀ, ਉਹਦਾ ਕੋਈ ਐਕਸਟਰਾ ਮਤਲਬ ਮਹਿੰਗੀ ਅੰਦਰੋਂ ਇੰਨੀ ਮਿਲਦਾ ਸੀ, 3,000-3,500 ਰੁਪਏ ਦਾ ਢੱਕਣ ਮਿਲਦਾ ਸੀ। ਫਿਰ ਉਸ ਤੋਂ ਬਾਅਦ ਕਿਵੇਂ ਚੱਲਿਆ ਦੌਰ, ਫਿਰ ਕਿਵੇਂ ਠੀਕ ਹੋਈ? ਇਸ ਤੋਂ ਬਾਅਦ ਕਿਵੇਂ ਚੱਲਿਆ ਫਿਰ? ਉਸ ਤੋਂ ਬਾਅਦ ਹੀ ਹੌਲੀ ਹੌਲੀ ਫਿਰ ਘਰੇ ਆ ਗਏ, ਮੈਂ ਘਰੇ ਵੀ ਪੀਂਦਾ ਰਿਹਾ, 5 ਗ੍ਰਾਮ ਮੇਰੇ ਲਾਲ ਮੇਰਾ ਰੋਜ਼ ਦਾ ਪੀਣਾ ਸੀ। ਹੌਲੀ ਹੌਲੀ ਮੈਂ ਟੀਕਿਆਂ ਤੋਂ ਜਦੋਂ ਲੱਗਣੀ ਹਟ ਗਏ ਮੇਰੇ ਟੀਕੇ ਜੀ, ਨਾੜਾਂ ਜਮੀ ਆ ਬਾਂਹ ਦੀ ਵੀ ਖਤਮ ਹੋ ਗਈਆਂ ਨਾ, ਨਾੜਾਂ ਸਾਰੀਆਂ ਖਤਮ ਹੋ ਗਈਆਂ ਜੀ, ਬਾਹਾਂ ਬੂਹਾਂ ਦੀ ਤਾਂ ਮੇਰੀਆਂ ਸਾਰੀਆਂ ਖਤਮ ਹੋਈਆਂ। ਅਤੇ ਸਰੀਰ 'ਤੇ ਵੀ ਲਾਉਣ ਲੱਗੇ ਸੀ ਕਿਤੇ, ਬਾਹਾਂ ਤੋਂ ਇਲਾਵਾ? ਨਹੀਂ ਬਾਹਾਂ 'ਤੇ ਲਾਇਆ ਜੀ, ਹੱਥਾਂ 'ਤੇ ਵੀ ਲਾਇਆ, ਸਿੱਧੇ ਆਹ ਹੱਥਾਂ 'ਤੇ, ਉਰੇ ਵੀ ਲਾ ਲੈਂਦੇ ਸੀ ਸਿੱਧੇ ਹੱਥਾਂ 'ਤੇ, ਹਾਂ ਇਨਸੋਲਿਨ ਨਾਲ। ਅਤੇ ਜਦੋਂ ਸਿੱਧੇ ਵੀ ਨਾੜਾਂ ਮਰ ਚੁੱਕੀਆਂ, ਉਦੋਂ ਬਾਅਦ 'ਚ ਫਿਰ ਹੌਲੀ ਹੌਲੀ ਦੁਬਾਰਾ ਫਿਰ ਪੰਨੀ 'ਤੇ ਆ ਗਏ, ਫਿਰ ਪੰਨੀ 'ਤੇ ਪੀਣ ਲੱਗ ਗਏ ਜੀ, ਫਿਰ ਪੰਨੀ 'ਤੇ ਖਾਦਾ ਟਾਈਮ ਪੀ ਕੇ ਹੁਣ ਮੈਨੂੰ ਘੱਟੋ ਘੱਟ 2-1.5 ਮਹੀਨਾ ਹੋ ਗਿਆ ਹੁਣ ਜਮਾ। ਮੈਂ ਫੂਕਤਾ ਹੋਊਗਾ ਜੀ 1.5-2 ਕਰੋੜ ਰੁਪਿਆ ਫੂਕਤਾ ਹੋਊਗਾ। ਘਰਦਿਆਂ ਨਾਲ ਲੜਾਈ ਵੀ ਹੁੰਦੀ ਸੀ, ਫਿਰ ਲੜ ਵੀ ਪੈਂਦੇ ਸੀ, ਹਾਂ ਮੈਨੂੰ 2 ਘਰਦੇ ਲੈਂਦੇ ਸੀ ਪੈਸੇ, ਹਾਂ ਪੈਸੇ ਘਰਦਿਆਂ ਦੀ ਲੈਣੇ ਦੀ, ਕੋਈ ਚੋਰੀ ਠੱਗੀ ਅੱਜ ਤੱਕ ਕਦੇ ਨਹੀਂ ਕਿਸੇ ਨਾਲ ਕਰੀ ਜੀ। ਘਰਦਿਆਂ ਨਾਲ ਲੜਾਈ ਵੀ ਹੁੰਦੀ, ਬਸ ਵੀ 2 ਪੈਸੇ ਘਰਦੇ ਫਿਰ ਦੇਣੀ ਪੈਂਦੇ ਸੀ, ਉਹਨਾਂ ਨੂੰ ਪਤਾ ਸੀ ਵੀ ਔਖਾ ਹੋਊਗਾ,
ਵੀ ਚੱਲ ਘਰੇ ਵੇਖ ਕੀ ਜੇ ਲਾਉਂਦਾ ਚੱਲ ਵੀ ਬਾਹਰੇ ਤਾਂ ਨੀ ਜਾਂਦਾ ਚੱਲ ਐ ਹਾਂ ਲੁੱਟਾਂ ਖੋਹਾਂ ਨਾ ਨਾ ਪੀ ਕੇ ਨੀ ਕਿਸੇ ਨਾਲ ਮਤਲਬ ਮੈਂ ਘਰੀ ਪੀਂਦਾ ਸੀ ਘਰੀ ਬਹਿ ਕੇ ਮਤਲਬ ਘਰੀ ਰਹਿੰਦਾ ਸੀ ਦੌਰ ਵੀ ਆਇਆ ਕਿ ਫਿਰ ਆਪਾਂ ਦੇਖਦੇ ਹਾਂ ਵੀਡੀਓ ਪੰਜਾਬ ਦੇ ਵਿੱਚ ਕਿ ਜਦੋਂ ਮਾਪੇ ਵੀ ਪੂਰੇ ਬੇਵੱਸ ਹੋ ਜਾਂਦੇ ਨੇ ਫਿਰ ਵੀ ਪੁੱਤ ਨੂੰ ਬੰਨ ਕੇ ਰੱਖਣਾ ਪੈਂਦਾ ਵੀ ਇਹੋ ਜਿਹਾ ਦੌਰ ਵੀ ਆ ਗਿਆ ਸੀ ਕਿ ਫਿਰ ਹਾਂ ਕਈ ਵਾਰੀ ਮੈਨੂੰ ਕਹਿੰਦੇ ਸੀ ਵੀ ਤੈਨੂੰ ਐਂ ਕਰਕੇ ਬੰਨਾਂਗੇ ਜਾਂ ਐਂ ਕਰਾਂਗੇ ਫਿਰ ਮੈਂ ਉਹਨਾਂ ਨੂੰ ਕਹਿ ਦਿੰਦਾ ਸੀ ਵੀ ਦੇਖ ਲਿਓ ਬੰਨ ਕੇ ਦੇਖ ਲਿਓ ਤੇ ਉਦੋਂ ਬਾਅਦ ਚ ਬੰਨਿਆ ਤਾਂ ਨੀ ਜੀ ਕਦੇ ਵੀ ਮੈਨੂੰ ਡਰਦੇ ਹੋਣਗੇ ਕਿਉਂਕਿ ਪਤਾ ਨੀ ਲੱਗਦਾ ਸੀ ਨਾ ਦਿਮਾਗ ਦੇ ਨਸ਼ੇ ਵਿੱਚ ਕੀ ਕਰਦੇ ਬੰਨੇ ਹਾਂ ਬੰਨਿਆ ਤਾਂ ਨੀ ਜੀ ਕਦੇ ਪਰ ਉਹ ਸੈਂਟਰ ਚ ਜ਼ਰੂਰ ਚੁਕਾਇਆ ਇੱਕ ਵਾਰੀ ਮੈਨੂੰ ਫਿਰ ਹੁਣ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਛੱਡੇ ਮੈਨੂੰ ਹੋ ਗਿਆ ਹੁਣ ਗਈ ਡੇਢ ਮਹੀਨੇ ਵਾਂਗੂ ਲੱਗਦੀ ਹੈ ਤੋੜੋ ਨਾ ਜੀ ਕੋਈ ਨਾ ਕੋਈ ਜਮਾਂ ਪਹਿਲੇ ਦਿਨ ਤੋਂ ਟੁੱਟਣੋਂ ਬੰਦ ਹੋ ਗਏ ਸੀ ਜਦੋਂ ਤੁਸੀਂ 15,000 ਦਾ ਪੀਣ ਲੱਗ ਗਏ ਇੱਕਦਮ ਛੱਡਤਾ ਸਰੀਰ ਕਈ ਲੋਕ ਸੋਚਦੇ ਨੇ ਪੰਜਾਬ 'ਚ ਮੁੰਡੇ ਕਿ ਅਸੀਂ ਪੀਂਦੇ ਹਾਂ ਰੋਜ਼ ਪੀਂਦੇ ਹਾਂ ਚਿੱਟਾ ਵੀ ਇੱਕਦਮ ਛੱਡਤਾ ਇਸ ਤਾਂ ਮਰ ਜਾਵਾਂਗੇ ਖਤਮ ਹੋ ਜਾਵਾਂਗੇ ਜਮੀ ਵੀ ਨਹੀਂ ਜਮੀ ਤੋੜ ਜਮੀ ਵੀ ਨਹੀਂ ਲੱਗਦੀ ਹੈਗੀ ਪਹਿਲਾਂ ਮੈਂ ਵੀ ਇਹੀ ਸੋਚਦਾ ਸੀ ਮੈਨੂੰ ਕਹਿੰਦੇ ਵੀ ਘਰਦੇ ਕਹਿੰਦੇ ਵੀ ਤੂੰ 2-3 ਕਲੈਨਾਂ ਲਾ ਲਾ ਵੀ ਚੱਲ ਤੈਨੂੰ ਲੈ ਕੇ ਜਾਣਾ ਕਿਸੇ ਬੰਦੇ ਨੂੰ ਲਿਆਉਣਾ ਮੈਂ ਆਖਿਆ ਵੀ ਮੈਂ ਪਹਿਲਾਂ ਮੈਂ ਪੀਊਂ ਫਿਰ ਜਾਊਂ ਵਧਾਂ ਤੇ ਉਹ ਜਦੋਂ ਪਹਿਲੇ ਦਿਨ ਗਿਆ ਮੈਂ ਪਹਿਲੇ ਦਿਨ ਜਦੋਂ ਜਾ ਕੇ ਕਿਉਂਕਿ ਚਿੱਟਾ ਪੀ ਕੇ ਨੀਂਦ ਆਉਂਦੀ ਸੀ ਮੈਨੂੰ ਚਿੱਟੇ ਤੋਂ ਬਗੈਰ ਨੀਂਦ ਨਹੀਂ ਆਉਂਦੀ ਸੀ ਜਦੋਂ ਮੈਂ ਪਹਿਲੇ ਦਿਨ ਗਿਆ ਉਹਨਾਂ ਨੇ ਮੇਰੀ ਮਤਲਬ ਕਾਉਂਸਲਿੰਗ ਕਰੀ ਉਸ ਤੋਂ ਬਾਅਦ ਮੈਨੂੰ ਦਿਨੇ ਸਾਰਾ ਦਿਨ ਸੁੱਤਾ ਰਿਹਾ ਮੈਂ ਤੇ ਕੁਛ ਲੱਤਾਂ ਬਾਹਾਂ ਕੁਛ ਨੀ ਦੁਖੀਆਂ ਅੱਖਾਂ 'ਚ ਕੁਛ ਨੀ ਪਾਣੀ ਪੂਣੀ ਕੁਛ ਨੀ ਆਇਆ ਚਿੱਟਾ ਲਾ ਲਈ ਉੱਠ ਕੇ ਜਾ ਕੁਛ ਨਾ ਮਤਲਬ ਮਨ 'ਚ ਖਿਆਲ ਤਾਂ ਆਉਂਦੀ ਸੀ ਵੀ ਚਿੱਟਾ ਲਾ ਲਈਏ ਪਰ ਤੋੜ ਤਕਲੀਫ ਕੁਛ ਵੀ ਨਹੀਂ ਦੀ ਉਸ ਤੋਂ ਬਾਅਦ ਫਿਰ ਮੈਂ ਅੱਥ ਨੇ ਫਿਰ ਮੈਂ ਆਖਿਆ ਵੀ ਮਹਾਂ ਮੈਨੂੰ ਲਵਾਓ ਅੱਥ ਨੇ ਫਿਰ ਬਾਈ ਆਏ ਦੀ ਉਦੋਂ ਬਾਅਦ 'ਚ ਫਿਰ ਦੁਬਾਰੋਂ ਮਤਲਬ ਕਲਾਸ ਲੱਗੀ ਜਦੋਂ ਉਸ ਤੋਂ ਬਾਅਦ ਫਿਰ ਮੇਰੀ ਸਾਰੀ ਰਾਤ ਮੈਂ ਸੁੱਤਾ ਪਿਆ ਦੀ ਨਾਂਗੀ ਦਿਨੇ ਵੀ ਮੈਂ ਸੁੱਤਾ ਪਿਆ ਰਿਹਾ ਰਾਤ ਨੂੰ ਵੀ ਸੁੱਤਾ ਪਿਆ ਰਿਹਾ ਨਹੀਂ ਮੇਰੀ ਕਦੇ ਇਹ ਜਿਹੀ ਦਿਨ ਕੋਈ ਨਹੀਂ ਸੀ ਵੀ ਮੈਂ ਬਿਨਾਂ ਨਸ਼ੇ ਤੋਂ ਕਦੇ ਸੁੱਤਾ ਹੋਊਂਗਾ ਜਿਹੜੇ ਪੰਜਾਬ ਦੇ ਵਿੱਚ ਇਸ ਸਮੇਂ ਨੌਜਵਾਨ ਕਾਫੀ ਨੌਜਵਾਨ ਨੇ ਜਿਹੜੇ ਡਰੱਗ 'ਚ ਫਸੇ ਪਏ ਨੇ ਚਿੱਟਾ ਲਾਉਂਦੇ ਨੇ ਕੀ ਉਹ ਨੌਜਵਾਨ ਛੱਡ ਸਕਦੇ ਨੇ ਤੁਹਾਡੇ ਤਰੀਕੇ ਦੇ ਨਾਲ ਹਾਂ ਉਹ ਛੱਡ ਸਕਦੇ ਨੇ ਕਿਉਂਕਿ ਮੈਂ ਮੇਰੇ ਨਾਲ ਉੱਪਰ ਦੀ ਤਾਂ ਕੋਈ ਕੋਈ ਇਹ ਹੋ ਸਕਦਾ ਵੀ ਜਿਹੜਾ ਮੇਰੇ ਨਾਲ ਜ਼ਿਆਦਾ ਚਿੱਟਾ ਲਾਉਂਦਾ ਹੋਊਗਾ ਕਿਉਂਕਿ ਮੈਂ ਅੱਜ ਤੱਕ ਘੱਟ ਵਾਲੀ ਦੇਖੇ ਨੇ ਵੱਧ ਵਾਲਾ ਤਾਂ ਮੈਨੂੰ ਕੋਈ ਮਿਲੀ ਨਹੀਂ ਹੈਗਾ ਮੇਰੇ ਬਰਾਬਰ ਹੁਣ ਪਛਤਾਵਾ ਇਹ ਵੀ ਹੁੰਦਾ ਵੀ ਯਾਰ ਕਿਹੜੇ ਗਲਤ ਰਾਹ ਪੈ ਗਏ ਸੀ ਇਹ ਤਾਂ ਆਪਾਂ ਨੇ ਅਸਲੀ ਦੁਨੀਆ ਤਾਂ ਦੇਖੀ ਹੋਣੀ ਆਪਾਂ ਦੁਨੀਆ ਤੇ ਜਿਉਣ ਆਏ ਸੀ ਆਪਾਂ ਤਾਂ ਨਰਕ ਵਾਲੇ ਪਾਸੇ ਵਗ ਗਏ ਸੀ ਹਾਂ ਜੀ ਹੁਣ ਬਹੁਤ ਪਛਤਾਵਾ ਹੁੰਦਾ ਵੀ ਯਾਰ ਇੰਨੇ ਰੁਪਈਏ ਵੀ ਗਏ ਤੇਰੇ ਸਾਰੀ ਜ਼ਿੰਦਗੀ ਖਰਾਬ ਕਰ ਲਈ ਤੈਨੇ ਬਹੁਤ ਪਛਤਾਵਾ ਹੁੰਦਾ ਜੀ ਹੁਣ ਉਹ ਜਿਹੜੇ ਲੋਕ ਤੈਨੂੰ ਤੇਰੇ ਸਾਥੀ ਰਹੇ ਸੀ ਜਿਹੜੇ ਕਹਿੰਦੇ ਵੀ ਸਵਰਗ ਦਾ ਝੂਟਾ ਮਿਲੂਗਾ ਸਵਰਗ ਤੱਕ ਪਹੁੰਚੇਗਾ ਉਹ ਵੀ ਹੁਣ ਮਿਲੇ ਨੇ ਕਦੇ ਉਹ ਮਤਲਬ ਫੋਨ ਕਰਦੇ ਨੇ ਜੀ ਹੁਣ ਮੈਂ ਆਪੇ ਫੋਨ ਬਲੌਕ 'ਚ ਪਾ ਦੇਣਾ ਜੀ ਹੁਣ ਵੀ ਕਹਿ ਦਿੰਦੇ ਨੇ ਵੀ ਆ ਜਾ ਦੇ ਵੀ ਦੇਖ ਲੈਣਾ ਵੀ ਆ ਜਾ ਮੈਂ ਕਹਿ ਦਿੰਦਾ ਮੈਂ ਨਾ ਵੀ ਮੈਂ ਨਹੀਂ ਆਉਂਦਾ ਹੈਗਾ ਉਹ ਜਦੋਂ ਧੱਕੇ ਨਾਲ ਕਹਿ ਦਿੰਦੇ ਨੇ ਫਿਰ ਮੈਂ ਆਪਦਾ ਫਿਰ ਮੈਂ ਉਹਨਾਂ ਦਾ ਨੰਬਰ ਬਲੌਕ ਲਿਸਟ 'ਚ ਪਾ ਦੇਣਾ ਛੱਡਿਆ ਕਿਵੇਂ ਛੜਾਇਆ ਕਿਵੇਂ ਦਵਾਈ ਕਿਵੇਂ ਸੀ ਕਿਹੜੀ ਦਵਾਈ ਸੀ ਆਪਾਂ ਗੱਲ ਰਹਿ ਗਈ ਸੀ ਦਵਾਈ ਕੋਈ ਨਹੀਂ ਵਰਤੀ ਜੀ ਬਾਈ ਜੀ ਦੀ ਇਹਨਾਂ ਨਾਲ ਮਤਲਬ ਕਾਉਂਸਲਿੰਗ ਕਰੀ ਜਦੋਂ ਉਹਦੇ ਨਾਲ ਇਹ ਛੱਡਿਆ ਕੋਈ ਦਵਾਈ ਨਹੀਂ ਵਰਤੀ ਹੈਗੀ ਇਹਨਾਂ ਨਾਲ ਜਿਹੜਾ ਇਹਨਾਂ ਨੇ ਸਟੱਡੀ ਆ ਦਿਮਾਗ ਵਾਲੀ ਉਸ ਤਰੀਕੇ ਦੇ ਨਾਲ ਛੱਡਿਆ ਉਸੇ ਤਰੀਕੇ ਨਾਲ ਛੱਡਿਆ ਕੋਈ ਦਵਾਈ ਨਹੀਂ ਵਰਤੀ ਹੈਗੀ ਇੱਕ ਰੁਪਈਏ ਦੀ ਦਵਾਈ ਨਹੀਂ ਲਈ ਅਸੀਂ ਇਹਨਾਂ ਦੇ ਫਾਦਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਫਿਰ ਭਾਈ ਹਰਜਿੰਦਰ ਸਿੰਘ ਮਾਝੀ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਜਿਹੜਾ ਇਸ ਨੌਜਵਾਨ ਦਾ ਚਿੱਟਾ ਛੜਾਇਆ
ਜਦੋਂ ਤੁਹਾਡਾ ਪੁੱਤ ਇਸ ਤਰ੍ਹਾਂ ਕਰਦਾ ਸੀ, ਮਨ ਵੀ ਬੜਾ ਦੁਖੀ ਹੁੰਦਾ ਹੋਣਾ। ਹਰ ਰੋਜ਼ ਪੈਸੇ ਕਿੱਥੇ ਦਿੱਤੇ ਜਾਣ, 10-15 ਹਜ਼ਾਰ ਰੁਪਏ ਕਿੱਥੋਂ ਦੇ ਸਕਦਾ? ਰੋਜ਼ ਲੜਾਈ ਰਹਿੰਦੀ ਤੀ ਜੀ ਘਰੇ, ਮਤਲਬ ਦੁਖੀ ਤਾਂ ਤੁਸੀਂ ਇਹ ਤਾਂ ਸੁਖੀ 'ਚ, ਅਤੇ ਸਾਨੂੰ ਐਂ ਹੁੰਦਾ ਸੀ ਵੀ ਜੇ ਸਾਨੂੰ ਕੋਈ ਧੱਕਾ ਦੇ ਦੇਗਾ ਕਿਸੇ 'ਚ ਵੀ ਮਰ ਵੀ ਸਕਦੇ ਤੇ ਅਸੀਂ, ਮਤਲਬ ਇੰਨੇ ਅਸੀਂ ਔਖੇ ਸੀ। ਕਈ ਵਾਰ ਐਂ ਵੀ ਆਇਆ ਦਿਮਾਗ 'ਚ ਵੀ ਯਾਰ ਮਰ ਜਾਈਏ ਪਰਾਂ ਛੱਡ ਵਾਂਗੇ? ਇਹ ਤਾਂ ਰੋਜ਼ ਹੀ ਆਉਂਦਾ ਜੀ, ਇੱਕ ਦਿਨ ਨਹੀਂ, ਰੋਜ਼ ਹੀ ਆਉਂਦਾ ਜੀ। ਪੁੱਤ ਨਾ ਤਾਂ ਅਸੀਂ ਧੀ ਜੰਮ ਲੈਂਦੇ, ਇਹ ਦਿਮਾਗ 'ਚ ਇਹ ਗੱਲ ਆਉਂਦੀ ਹੈ ਸਮਾਜ 'ਚ। ਧੀਆਂ ਤਾਂ ਚਾਹੇ 5 ਹੁੰਦੀਆਂ ਤਾਂ ਵੀ ਇੰਨਾ ਦੁਖੀ ਨਹੀਂ ਹੋ ਸਕਦੇ ਜੀ ਜਿੰਨਾ ਅਸੀਂ ਮਤਲਬ ਦੁਖੀ ਰਹੇ ਹਾਂ। ਰੋਜ਼ ਪੈਸੇ ਮੰਗਦਾ ਹੁੰਦਾ ਸੀ 10-15 ਹਜ਼ਾਰ? ਰੋਜ਼ ਪੈਸੇ ਮਤਲਬ ਮੰਗਦਾ ਇਹ, ਘੱਟੋ ਘੱਟ ਐਂ ਨਹੀਂ ਹੈਗਾ ਵੀ ਕਦੇ 1000-2000 ਦਾ ਤਾਂ ਇਹ ਲੈ ਕੇ ਨਹੀਂ ਆਇਆ ਹੁਣ, ਘੱਟੋ ਘੱਟ ਇਹ 13 ਹਜ਼ਾਰ ਦਾ, 15 ਹਜ਼ਾਰ ਦਾ, ਕਦੇ ਕਦੇ ਤਾਂ ਇਹ 30-30 ਹਜ਼ਾਰ ਦਾ ਵੀ ਲਿਆਉਂਦਾ ਸੀ ਪੀਂਦਾ। ਪਰ ਅਸੀਂ ਇਹਨੂੰ ਇਹ ਗੱਲ ਕਹੀ ਦੀ ਵੀ ਚੱਲ ਘਰੀਂ ਪੀ ਲਿਆ, ਹੁਣ ਜ਼ਮੀਨ ਤਾਂ ਵਿਕੂਏ, ਜਦੋਂ ਇੰਨੇ ਪੈਸੇ ਕਿੱਥੋਂ ਆਉਣਗੇ? ਆਮਦਨ ਤਾਂ ਖੇਤੀ ਓ ਕਰਦੇ ਤੇ। ਕਿੰਨੇ ਕਿੰਨੇ ਕਿੱਲੇ ਜ਼ਮੀਨ ਦੇ ਵਿਕੇ? ਸੱਚੀ ਸੱਚ ਦੱਸਿਓ। ਵਿਕਿਆ ਕੁਛ ਨਹੀਂ ਜੀ ਅੱਜ ਤੱਕ, ਮਤਲਬ ਪਹਿਲਾਂ ਮਾਤਾ ਲਵੇ ਪੈਸੇ ਤੇ ਪਹਿਲੇ ਦਿਨ ਹੀ ਗੁਜਾਇਸ਼ ਤੇ ਪੈਸੇ ਤੇ, ਮਤਲਬ ਘਰੋਂ ਹੀ ਤਕੜੇ ਤੇ, ਮਤਲਬ ਹੁਣ ਇਹਦੇ ਵਿਆਹ ਹੋਏ ਨੂੰ ਮੈਨੂੰ ਲੱਗਦਾ 2-2.5 ਸਾਲ ਹੋਇਆ, ਜਿੱਦੇ ਇਹਦਾ ਵਿਆਹ ਹੋਇਆ ਉਦੇ ਮੇਰੇ ਲਵੇ 14 ਲੱਖ ਰੁਪਈਆ ਬੈਂਕ 'ਚ ਦੀ। ਇਹਨੇ 1 ਸਾਲ ਦੇ ਵਿੱਚ 14 ਲੱਖ ਰੁਪਈਏ ਮੰਗੂ ਤਾਂ ਉਹ ਖਾ ਗਿਆ ਹੋਊਗਾ, ਬਾਕੀ ਉਰਾਂ ਪਰਾਂ ਤੋਂ ਵੀ ਸਾਰਾ ਚਿੱਟੇ ਦੀ ਲੱਗਿਆ ਜੀ। ਹੋਰ ਬਾਲਾ ਘਰੇ ਕਿੰਨੇ ਕੁ ਪੈਸੇ ਚੱਲਦੇ ਨੇ, ਜਿਹੜਾ ਸੌਦਾ ਲਿਆਉਣਾ ਉਹ ਤਾਂ 6 ਮਹੀਨੇ ਮਗਰੋਂ, ਉਧਾਰ ਹੀ ਲਿਆਉਣੇ ਆਪਾਂ 6 ਮਹੀਨੇ ਮਗਰੋਂ, ਮੁੰਡਾ ਇੱਕ ਹੀ ਆ, ਹਾਂ ਇੱਕ ਐਂ ਤਾਂ ਗੁੱਡੀ ਵੀ ਹੈਗੀ, ਚਲੋ ਪੁੱਤ ਤਾਂ ਇਕੱਲਾ ਹੈ, ਮੁੰਡਾ ਇਕੱਲਾ ਹੀ ਹੈ। ਜ਼ਮੀਨ ਜ਼ਮੂਰ ਹੈਗੀ ਹੁਣ? ਜ਼ਮੀਨ ਹੈਗੀ ਜੀ, ਬਚ ਗਿਆ ਜਾਣੀ ਕੰਮ ਵਿਕਣੋਂ ਬਚ ਗਈ ਜਿਸ ਤਰ੍ਹਾਂ ਜਿਹੜੇ ਹਿਸਾਬ ਨਾਲ ਹਾਲਾਤ ਸੀ। ਬਾਕੀ ਮੈਂ ਘੱਟੋ ਘੱਟ 2-2.5-2.5 100 ਵਿਘੇ ਦੀ ਮਤਲਬ ਠੇਕੇ 'ਤੇ ਵਾਹਣ ਠੇਕੇ 'ਤੇ ਕਰਦਾ ਮੈਂ, ਮਤਲਬ ਮੈਨੂੰ ਲੋਕ ਐਂ ਕਹਿੰਦੇ ਹੁੰਦੇ ਤੇ ਵੀ, ਕਈ ਬੰਦੇ ਇਹੋ ਜਿਹੇ ਨਰਿੱਦੀ ਹੁੰਦੇ ਨੇ ਵੀ ਇਹਦੇ ਸੱਟ ਮਾਰੀਏ, ਉਹ ਐਂ ਕਹਿੰਦੇ ਵੀ ਤੂੰ ਕੀ ਕਰਦਾ ਫਿਰਦਾ, ਤੂੰ ਲੋਕਾਂ ਦੀਆਂ ਵੱਟਾਂ 'ਤੇ ਫਿਰਦਾ ਤੁਰਿਆ, ਤੇਰਾ ਮੁੰਡਾ ਤਾਂ ਚਿੱਟਾ ਲਾਉਂਦਾ, ਉਹ ਤੂੰ ਕਮਾਉਣਾ ਉਹ ਖਾਂਦਾ ਜੇ, ਲੇਕਿਨ ਮੈਂ ਨਾ ਉਹ ਕੰਮ ਕਰਦਾ ਮੇਰੀ ਜ਼ਮੀਨ ਵੀ ਵਿਕਦੀ। ਹੁਣ ਤੁਹਾਡੇ ਦੇਖ ਰੇਖ 'ਚ ਰਹਿੰਦਾ? ਬਿਲਕੁਲ ਸੈੱਟ ਰਹਿੰਦਾ, ਘਰੇ ਰਹਿੰਦਾ ਜੀ 24 ਘੰਟੇ, ਜਮਾਂ ਤੋੜੀ ਦਾ ਬੱਚਿਆਂ ਨਾਲ ਹੱਸਦਾ ਖੇਡਦਾ। ਹਾਂ ਮਤਲਬ ਪਹਿਲਾਂ ਵਾਲਾ ਤਾਂ ਗੱਲੇ ਨਹੀਂ ਹੈਗੀ ਜੀ ਕੋਈ। ਜਿਸ ਤਰ੍ਹਾਂ ਡਰੱਗ ਸੈਂਟਰ ਜਿਹੜੇ ਨਸਾੜਾਊ ਕੇਂਦਰ ਨੇ ਛੱਡ ਕੇ ਆਇਆ ਸੀ, ਉੱਥੇ ਨਾਲ ਕੋਈ ਫਰਕ ਨਹੀਂ ਪਿਆ ਸੀ ਫਿਰ? ਇਹ ਤਾਂ ਜਿਵੇਂ ਮਤਲਬ ਇਹ ਅਸੀਂ ਤੜਕੇ ਇਹੋ ਜਿਹੇ 10-11-12 ਵਜੇ ਲੈ ਗਏ ਇਹਨੂੰ ਘਰੇ, ਇਹਨਾਂ ਦੇ ਹਾਲਾਤ ਇਹੋ ਜਿਹੇ ਨੇ, ਮਤਲਬ ਇਹ ਕੋਈ ਨਾ ਕੋਈ ਇਹੋ ਜਿਹਾ ਬਹਾਨਾ ਬਣਾਉਣਗੇ ਵੀ ਤੈਨੂੰ ਕੁਛ ਤੂੰ ਸੋਚ ਵੀ ਨਹੀਂ ਸਕਦਾ। ਇਹ ਕਹਿੰਦਾ ਮਾੜਾ ਜਿਹਾ ਮੋਟਰਸਾਈਕਲ ਦਿਓ, ਮੈਂ ਫਲਾਣਾ ਕੰਮ ਕਰਨਾ, ਧਿੰਗੜਾ ਕੰਮ ਕਰਨਾ, ਬਹਾਨਾ ਮਾਰ ਕੇ ਤਾਂ ਮੈਨੂੰ ਲੱਗਦਾ ਉਦੀ ਲਾਇਆ ਤੀ, ਪਤਾ ਵੀ ਲੱਗਦਾ ਸੀ ਨਾ, ਪਤਾ ਵੀ ਨਹੀਂ ਲੱਗਦਾ ਸੀ ਜਦੋਂ ਇਹ ਲੱਗਿਆ ਪਹਿਲਾਂ ਸਾਨੂੰ ਐਂ ਤੀ ਵੀ ਉਈ ਵੀ ਮਤਲਬ ਕਈ ਬੰਦੇ ਹਰਖੀ ਨਹੀਂ ਹੁੰਦੇ ਵੀ ਹਰਖੀ ਜਾ, ਇੰਨਾ ਇਹਦਾ ਪਤਾ ਵੀ ਨਹੀਂ ਲੱਗਦਾ ਸੀ। ਜਦੋਂ ਇਹ ਜ਼ਿਆਦਾ ਟੀਕੇ ਟੂਕੇ ਬਾਹਲੇ ਐਡਵਾਂਸ ਲਾਉਣ ਲੱਗ ਗਿਆ, ਫਿਰ ਕਈ ਵਾਰ ਦਿਮਾਗ ਨਹੀਂ ਗਿਆ ਤੁਹਾਡਾ ਵੀ ਜਦੋਂ ਸਟਾਰਟਿੰਗ 'ਤੇ ਲੱਗਿਆ ਵੀ ਬਾਹਾਂ 'ਤੇ ਕੀ ਇਹ ਨੁਕਸਾਨ? ਸਟਾਰਟਿੰਗ 'ਤੇ ਨਹੀਂ, ਇਹਨੇ ਪਹਿਲਾਂ ਟੀਕੇ ਲਾਏ, ਇਹ ਤਾਂ ਜਦੋਂ ਫਿਰ ਓਵਰ 7 ਤੋਂ ਵੀ ਬਾਹਰ ਹੋ ਗਈ ਗੱਲ ਟੀਕੇ ਟੂਕੇ ਤਾਂ ਇਹ ਫਿਰ ਲਾਉਣ ਲੱਗਿਆ ਜੀ। ਪਹਿਲਾਂ ਤਾਂ ਇਹ ਮੰਨ ਕੇ ਚੱਲ ਪੰਨੀ ਪੁੰਨੀ 'ਤੇ ਪੀਂਦਾ ਸੀ, ਪਤਾ ਨਹੀਂ ਕਿਵੇਂ ਪੀਂਦੇ ਅਤੇ ਕਿਵੇਂ ਨਹੀਂ ਵੀ, ਮਤਲਬ ਇਹ ਟੀਕੇ ਤਾਂ ਜਦੋਂ ਇਹ ਫਿਰ ਜਮੀ ਐਂ ਹੋਊਗਾ ਜਿਵੇਂ ਆਮ ਸ਼ਰਾਬੀ ਨਹੀਂ ਠੇਕੇ 'ਤੇ ਲਿਟਿਆ ਪਿਆ ਹੁੰਦਾ ਵੀ ਮੈਨੂੰ ਕੋਈ ਸ਼ਰਮ ਨਹੀਂ, ਇਹਨੂੰ ਕੋਈ ਸ਼ਰਮ ਨਹੀਂ ਰਹੀ, ਕੁਛ ਨਹੀਂ ਰਿਹਾ। ਜਿਸ ਤਰ੍ਹਾਂ ਤੁਹਾਡੇ ਪੁੱਤ ਨੇ ਇਹ ਚੀਜ਼ ਨੂੰ ਛੱਡਿਆ, ਹੋਰ ਵੀ ਨੌਜਵਾਨ ਇਸ ਤਰੀਕੇ ਨਾਲ ਛੱਡ ਸਕਦੇ ਨੇ? ਮੈਂ ਕਹਿਣਾ ਜੀ ਛੱਡ ਸਕਦੇ ਨੇ, ਇਹਦੇ ਨੂੰ ਮੇਰੇ ਹਿਸਾਬ ਨਾਲ ਸਾਡੇ ਪਿੰਡ 'ਚ ਕੋਈ ਵੱਡਾ ਹੋ ਹੀ ਨਹੀਂ ਸਕਦਾ। ਅੱਛਾ, ਸਾਡੇ ਨਾਲ ਭਾਈ ਹਰਜਿੰਦਰ ਸਿੰਘ ਮਾਝੀ ਵੀ ਨੇ ਜਿਨ੍ਹਾਂ ਨੇ ਉਹ ਦਿਮਾਗ ਵਾਲਾ ਤਰੀਕਾ ਇਸ ਨੌਜਵਾਨ 'ਤੇ ਵਰਤਿਆ ਹੈ।
ਸਾਹਮਣੇ ਖੜ੍ਹੇ ਨੇ, ਉਹਨਾਂ ਦੇ ਪਿਤਾ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਆ, ਮਾਝੀ ਸਾਹਿਬ ਵੀ ਸਾਡੇ ਨਾਲ ਨੇ, ਜਿਹੜੇ ਨੌਜਵਾਨ ਦੀ ਆਦਤ ਬਣ ਗਈ ਸੀ 10 ਤੋਂ ਲੈ ਕੇ 15,000 ਰੁਪਏ ਦਾ ਚਿੱਟਾ ਹਰ ਰੋਜ਼ ਪੀਂਦਾ ਸੀ, ਲੱਖਾਂ ਰੁਪਏ ਇਸਨੇ ਉਡਾ ਦਿੱਤੇ ਨੇ, ਘਰ ਦੇ ਵੀ ਤੰਗ ਆ ਗਏ ਸੀ, ਭਾਵੇਂ ਘਰ ਦੇ ਤਕੜੇ ਸੀ, ਜ਼ਮੀਨ ਨਹੀਂ ਵਿਕੀ, ਬਚ ਗਏ ਨੇ। ਸਾਡੇ ਨਾਲ ਨੇ ਮਾਝੀ ਸਾਹਿਬ, ਫਿਰ ਕਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨ ਦੇ ਨਾਲ ਤੁਹਾਡਾ ਪਰਿਵਾਰ ਦੇ ਨਾਲ ਮੇਲ ਆਉਂਦਾ? ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਤਾਂ ਅਕਾਲ ਪੁਰਖ ਵਾਹਿਗੁਰੂ ਦਾ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਦਾ। ਮੈਨੂੰ ਮੇਰੇ ਪਰਮ ਮਿੱਤਰ ਨੇ ਸਤਨਾਮ ਸਿੰਘ ਮਾਝੀ ਤੋਂ ਹੀ ਨੇ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਕਰਿਆ ਕਿ ਆਪਣਾ ਇੱਕ ਬੰਦਾ ਹੈ ਉਹਨੂੰ ਤੂੰ ਇਹ ਛਡਾਉਣਾ ਹੀ ਛਡਾਉਣਾ, ਉਹਨੂੰ ਪਤਾ ਸੀ ਕਿ ਇਹ ਇਸ ਤਰ੍ਹਾਂ ਕੰਮ ਕਰਦਾ। ਤਾਂ ਉਹਨਾਂ ਨੇ ਫਿਰ ਮੈਂ ਇਹਨਾਂ ਨੂੰ ਮਿਲਿਆ ਜਦੋਂ ਫਸਟ ਟਾਈਮ, ਤਾਂ ਇਹਨਾਂ ਦੇ ਪਿਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਸਾਡਾ ਹੁਣ ਇਹ ਪ੍ਰੋਗਰਾਮ ਸੀਗਾ ਵੀ ਅਸੀਂ 2 ਕਿੱਲੇ ਆਪਣੇ ਵੇਚ ਕੇ ਪੈਸੇ ਰੱਖਾਂਗੇ, ਵੀ ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਸਾਡਾ ਜਵਾਕ ਚੋਰੀਆਂ ਕਰੇ, ਠੱਗੀਆਂ ਕਰੇ, ਅਸੀਂ ਜਿੰਨਾ ਚਿਰ ਜਿਊਂਗਾ, ਇਹਨਾਂ ਨੇ ਮੈਨੂੰ ਕਿਹਾ, ਜਿੰਨਾ ਚਿਰ ਜਿਊਂਗਾ ਅਸੀਂ ਦੇ ਹੀ ਜਾਵਾਂਗੇ, ਹੋਰ ਫਿਰ ਅਸੀਂ ਕਰਨਾ ਵੀ ਕੀ ਹੈ। ਅਤੇ ਇਹਨਾਂ ਨੂੰ ਕੋਈ ਯਕੀਨ ਨਹੀਂ ਸੀਗਾ, ਕਿਉਂਕਿ ਕਹਿੰਦੇ ਦਵਾਈ ਕੋਈ ਦਿਓਗੇ ਤੁਸੀਂ ਮੈਨੂੰ? ਕਹਿੰਦੇ, ਮੈਂ ਕਹਿੰਦਾ ਦਵਾਈ ਤਾਂ ਕੋਈ ਨਹੀਂ ਦੇਣੀ। ਪਹਿਲਾਂ ਡਰੱਗ ਸੈਂਟਰ ਜਿਵੇਂ ਗਏ ਉੱਥੇ ਸਾਡਾ ਕੇਂਦਰ ਚ ਦਵਾਈ ਤੋਂ ਇਹ ਫਸਟ ਦਿਨ ਦੇ ਵਿੱਚ ਹੀ ਮਤਲਬ ਬਿਲਕੁਲ ਜਿਵੇਂ ਮੇਰੀ ਰੇਂਜ 'ਚ ਆ ਗਿਆ। ਅਤੇ ਫਿਰ ਇਹਨੂੰ ਮੈਂ ਲਗਾਤਾਰ ਇਹਦੀਆਂ ਕਲਾਸਾਂ ਲਾਉਂਦਾ ਰਿਹਾ। ਕਿੰਨੇ ਦਿਨ? ਬਿਲਕੁਲ ਠੀਕ ਠਾਕ ਕਲਾਸਾਂ ਮੈਂ ਇਹਦੀਆਂ, ਕਿਉਂਕਿ ਵੈਸੇ ਇਹ 3 ਸਿਟਿੰਗ ਦੇ ਵਿੱਚ ਹੀ ਬਿਲਕੁਲ ਓਕੇ ਹੋ ਗਿਆ ਸੀ। ਇੱਕ ਸਿਟਿੰਗ ਮੈਂ ਪਹਿਲੀ ਤੇ ਮੈਨੂੰ ਟਾਈਮ ਲੱਗਿਆ 1-1.5 ਘੰਟਾ ਲਾਤਾ, ਉਦੋਂ ਬਾਅਦ ਮੈਂ 25 ਮਿੰਟ ਲਾਉਂਦਾ ਸੀ, 25-30 ਮਿੰਟ ਬਿਲਕੁਲ ਠੀਕ ਸੀ। ਪਰ ਫਿਰ ਮੇਰੇ ਹੁਣ ਅਗਲਾ ਪ੍ਰੋਗਰਾਮ ਵੀ ਸੀਗਾ, ਨਸ਼ੇ ਤਾਂ ਛੱਡ ਗਿਆ, ਬਿਲਕੁਲ ਠੀਕ ਠਾਕ ਹੋ ਗਿਆ ਸੀ। ਫਿਰ ਮੇਰਾ ਅਗਲਾ ਮਕਸਦ ਵੀ ਸੀ ਵੀ ਇਹਦਾ ਕੰਮ ਕਰਨ ਨੂੰ ਜੀ ਕਰਨ ਵੀ ਲੱਗੇ, ਹੁਣ ਇਹਦਾ ਕੰਮ ਕਰਨ ਨੂੰ ਜੀ ਕਰਨ ਵੀ ਲੱਗ ਗਿਆ, ਬਿਲਕੁਲ 9/9 ਠੀਕ ਠਾਕ ਹੈ। ਔਰ ਲੋਕ ਮਤਲਬ ਪਿੰਡ ਵਾਲੇ ਤਾਂ ਕਈ ਯਕੀਨ ਵੀ ਨਹੀਂ ਕਰਨਗੇ, ਉਹ ਕਹਿੰਦੇ ਵੀ ਇਹ ਬੰਦਾ ਇਹਦੇ ਬਾਰੇ ਮਤਲਬ ਪੂਰਾ ਫੇਮਸ ਬੰਦਾ ਸੀ ਇਹ ਪਿੰਡ ਦਾ, ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਪਿੰਡ ਦਾ। ਪਰ ਬੜੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਅਸਲ ਵਿੱਚ ਸਾਡੇ ਵੀਰ ਕੁਲਦੀਪ ਸਿੰਘ ਜੀ ਸਬਕੌਨਸ਼ੀਅਸ ਮਾਇੰਡ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈਗੀ ਆ। ਅਸੀਂ ਜਦੋਂ ਸਬਕੌਨਸ਼ੀਅਸ ਮਾਇੰਡ ਨੂੰ, ਗੁਰਬਾਣੀ ਦਾ ਇੱਕ ਫੈਸਲਾ, ਜੈਸਾ ਸੇਵੇ ਤੈਸੋ ਹੋਏ, ਜਿਵੇਂ ਦਾ ਅਸੀਂ ਸੇਵਦੇ ਹਾਂ ਉਹੋ ਜਿਹੇ ਹੋ ਜਾਂਦੇ ਹਾਂ, ਜਿਵੇਂ ਸਿਆਣੇ ਕਹਿੰਦੇ ਨੇ ਜਿਹੋ ਜੀ ਨੀਤ ਉਹੋ ਜਿਹੀ ਮੁਰਾਦ, ਆਪਾਂ ਇੱਧਰੋਂ ਯਤਨ ਕਰਦੇ ਰਹੇ। ਅਤੇ ਇਹ ਵੀਰ ਦੀ ਇੱਛਾ ਜ਼ਰੂਰ ਸੀ, ਦੇਖੋ ਮੈਂ ਇਹ ਬੰਦਾ ਜਿੱਡਾ ਮਰਜ਼ੀ ਨਸ਼ਈ ਸੀ ਪਰ ਮੈਂ ਇਹਨੂੰ ਇਸ ਗੱਲੋਂ ਯੋਧਾ ਮੰਨਦਾ ਕਿ ਇਹਦੇ ਅੰਦਰ ਇੱਛਾ ਸੀਗੀ ਵੀ ਛੱਡਣਾ ਹੀ ਛੱਡਣਾ, ਮੈਂ ਇੱਛਾ ਦੇ ਕਰਕੇ ਮੇਰੇ ਕੋਲ ਆਇਆ, ਇਹਨੇ ਸਾਫ਼ ਗੱਲਾਂ ਮੇਰੇ ਨਾਲ ਕੀਤੀਆਂ, ਖੁੱਲ੍ਹ ਕੇ ਦਿਲ ਦੀਆਂ ਗੱਲਾਂ ਦੱਸੀਆਂ, ਅਤੇ ਅੱਜ ਤੁਹਾਡੇ ਸਾਹਮਣੇ ਹੈ। ਇਹ ਵੀ ਇਸੇ ਦੀ ਇੱਛਾ ਸੀ, ਇਹ ਕਹਿੰਦਾ ਵੀ ਮੈਂ ਚਾਹੁੰਦਾ ਵੀ ਹੋਰ ਲੋਕਾਂ ਨੂੰ, ਕਿਉਂਕਿ ਮੈਂ ਬਹੁਤ ਸਾਰੇ ਵੀਰਾਂ ਨੂੰ ਛਡਾਇਆ ਹੈਗਾ, 3,000 ਵਾਲੇ, 500 ਦਾ ਚਿੱਟਾ ਖਾਣ ਵਾਲੇ ਤਾਂ ਬਹੁਤ ਨੇ, ਸ਼ਰਾਬ ਵਾਲੇ ਬਹੁਤ ਨੇ, ਡਿਪਰੈਸ਼ਨ ਵਾਲੇ ਬਹੁਤ ਨੇ, ਪਰ ਇਹ ਵੀਰ ਕਹਿੰਦਾ ਵੀ ਮੇਰੇ ਜਿਹੜੇ ਹੋਰ ਸਰਕਲ 'ਚ ਵੀ ਬੰਦੇ ਨੇ ਉਹਨਾਂ ਤੱਕ ਵੀ ਸਾਰੀ ਦੁਨੀਆ 'ਚ ਇਹ ਗੱਲ ਜਾਣੀ ਚਾਹੀਦੀ ਹੈ। ਇਹਦੀ ਮਤਲਬ ਮੈਂ ਕਿਹਾ ਵੀ ਚਲੋ ਚਿਹਰੇ ਚੂਰੇ ਆਪਾਂ ਲੁਕੋ ਕੇ ਤਾਂ ਜੋ ਪ੍ਰਾਈਵੇਸੀ ਰੱਖੀਏ, ਪਰ ਇਹਨਾਂ ਨੂੰ ਕੋਈ ਇੱਛਾ ਨਹੀਂ, ਇਹ ਕਹਿੰਦੇ ਸਾਡਾ ਓਪਨ ਦੱਸ ਦਿਓ ਕੋਈ ਮਸਲਾ ਨਹੀਂ। ਮਤਲਬ ਮੈਨੂੰ ਲੱਗਦਾ ਵੀ ਜਿਹੜਾ ਇਹ ਪਹਿਲਾਂ ਜੋੜਾ ਜੀਵਨ ਸੀ ਉਹਦਾ ਐਂਡ ਹੋ ਗਿਆ, ਹੁਣ ਇਹਦਾ ਇੱਕ ਨਵਾਂ ਜਨਮ ਸ਼ੁਰੂ ਹੋਇਆ, ਅਤੇ ਹੁਣ ਤਾਂ ਸਾਡੀ ਇਹ ਕਹਿ ਲਓ ਵੀ ਜਿਹੜੀ ਨਸ਼ਾ ਛਡਾਊ ਇੱਕ ਟੀਮ ਹੈ ਉਹਦਾ ਇਹ ਅਹਿਮ ਮੈਂਬਰ ਹੈ, ਕਿਉਂਕਿ ਇਹਦਾ ਮਿੱਤਰਾਂ ਦੋਸਤਾਂ ਨਾਲ ਰਾਬਤਾ ਹੈਗਾ, ਉਹ ਇਹਦੇ ਰਾਹੀਂ ਪੁੱਛਦੇ ਆ ਜੀ। ਇਸ ਤਰੀਕੇ ਦੇ ਕੋਈ ਟੀਮ ਵੀ ਬਣਾ ਲਈ ਹੈ ਤੁਸੀਂ ਛਡਾਉਣ ਲਈ? ਬਿਲਕੁਲ ਜੀ, ਸਾਡੀ ਤੁਹਾਨੂੰ ਪਤਾ ਹੀ ਦਰਬਾਰੇ ਖਾਲਸਾ ਜਥੇਬੰਦੀ ਹੈਗੀ ਹੈ, ਪ੍ਰੋਪਰ ਅਸੀਂ ਕੰਮ ਕਰਦੇ ਹਾਂ ਉਹਦੇ ਤਹਿਤ, ਹੁਣ ਅਸੀਂ ਇਹ ਵੀ ਨਾਲ ਨਾਲ ਜਿਹੜਾ ਸ਼ੁਰੂ ਕਰਤਾ ਕੰਮ, ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਜਿਹੜਾ ਵੀ ਛੱਡਣਾ ਚਾਹੁੰਦਾ ਉਹ ਮਿਲ ਕੇ ਟਾਈਮ ਲੈ ਲੈਂਦਾ ਪਹਿਲਾਂ, ਫਿਰ ਅਸੀਂ ਉਹਦਾ। ਕਿਸ ਤਰ੍ਹਾਂ ਇਹ ਵੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਇਹ ਨੌਜਵਾਨ ਕਰਦਾ ਸੀ ਹੈ ਨਾ, ਡਰੱਗ ਲੈਂਦਾ ਸੀ, ਕਈ ਵਾਰ ਆਪਣੇ ਸਮਾਜ ਦੇ ਲੋਕ ਉਹਨੂੰ ਦਰਕਰਾਰ ਦਿੰਦੇ ਨੇ, ਦੂਰ ਕਰ ਦਿੰਦੇ ਨੇ ਉਹਨੂੰ, ਉਹ ਫਿਰ ਹੋਰ ਪਾਸੇ ਜ਼ਿਆਦਾ ਚੱਲਿਆ ਜਾਂਦਾ, ਯਾਨੀ ਕਿ ਜਿੱਥੇ ਉਹਨੂੰ ਸਾਥ ਦੀ ਲੋੜ ਹੁੰਦੀ ਹੈ, ਇਹ ਚੀਜ਼ ਦਾ ਹੀ ਫਰਕ ਪੈਂਦਾ? ਬਿਲਕੁਲ ਜੀ, ਮੈਂ ਕਹਿੰਦਾ ਕਿ ਦੇਖੋ ਕੋਈ ਵੀ ਬੰਦਾ ਕਿਸੇ ਵੀ ਬੁਰਾਈ ਦੇ ਵਿੱਚ ਫਸ ਗਿਆ
ਤਾਂ ਸਾਨੂੰ ਉਹਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਉਹ ਜਿਵੇਂ ਕੋਈ ਸਰੀਰਕ ਤੌਰ 'ਤੇ ਮੰਨ ਲਓ ਅਪਾਹਜ ਹੋਵੇ, ਆਪਾਂ ਨਫ਼ਰਤ ਨਹੀਂ ਕਰਦੇ, ਆਪਾਂ ਸਹਿਯੋਗ ਕਰਦੇ ਹਾਂ, ਤਰਸ ਕਰਦੇ ਹਾਂ। ਅਤੇ ਵੀ ਸਾਡੇ ਭੈਣ ਭਰਾ ਨੇ, ਸਾਡੇ ਆਪਣੇ ਨੇ, ਜੇ ਤੁਸੀਂ, ਮੈਂ ਗੁਰਬਾਣੀ ਦਾ ਇੱਕ ਫੈਸਲਾ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਜੇ ਅਸੀਂ ਦੂਜਿਆਂ ਦਾ ਬੁਰਾ ਚਿਤਵਾਂਗੇ, ਹੁੰਦਾ ਇਹ ਹੈ ਕਿ ਲੋਕ ਸੋਚਦੇ ਚੱਲ ਉਹਦਾ ਮੁੰਡਾ ਚਿੱਟੇ 'ਤੇ ਹੈ, ਬਾਕੀ ਚਸਕੇ ਨਾਲ ਖੁੰਡਾਂ 'ਤੇ ਬੈਠ ਕੇ ਗੱਲਾਂ ਕਰਦੇ ਆ। ਮੈਂ ਹੱਥ ਬੰਨ ਕੇ ਬੇਨਤੀ ਇਹ ਕਰਦਾ ਕਿ ਜੇ ਹਰ ਬੰਦਾ, ਮੈਂ ਵੀ ਚਾਹੁੰਦਾ ਮੇਰੇ ਬੱਚੇ ਜਿਹੜੇ ਨੇ ਬਹੁਤ ਇੰਟੈਲੀਜੈਂਟ ਹੋਣ, ਗੁਰਬਾਣੀ ਨਾਲ ਜੁੜਨ, ਸਿੱਖੀ ਕਮਾਉਣ, ਉਹਨਾਂ ਦਾ ਜੀਵਨ ਪੱਧਰ ਬਹੁਤ ਉੱਚਾ ਹੋਵੇ, ਤਾਂ ਇਹਦੇ ਲਈ ਮੈਨੂੰ ਇੱਕੋ ਕੰਮ ਕਰਨਾ ਚਾਹੀਦਾ ਕਿ ਮੈਂ ਲੋਕਾਂ ਦਾ ਖਿਆਲ ਰੱਖਾਂ। ਦੂਜੇ ਦੇ ਜਵਾਕਾਂ ਦਾ ਚੰਗਾ ਸੋਚੋਗੇ, ਆਪਦਿਆਂ ਦਾ ਚੰਗਾ ਆਪਣੇ ਆਪ ਹੋ ਜਾਊਗਾ। ਸੋ ਅੱਜ ਇਹ ਤੁਹਾਡੇ ਸਾਹਮਣੇ ਆ ਵੀ ਇਹ ਹਾਲ ਸੀ ਇਹਦਾ ਬਾਈ ਦਾ, ਅਤੇ ਪਹਿਲੇ ਦਿਨ ਅੱਜ ਤਾਂ ਤੁਹਾਡੇ ਨਾਲ ਇੰਟਰਵਿਊ ਕਰ ਲਈ, ਪਰ ਪਹਿਲੇ ਦਿਨ ਤਾਂ ਇਹਦੀ ਆਵਾਜ਼ ਵੀ ਨਹੀਂ ਸੀ ਨਿਕਲਦੀ। ਜਦੋਂ ਮੈਨੂੰ ਕੋਈ ਸਵਾਲ ਪੁੱਛਦਾ ਸੀ ਤਾਂ ਇਹ ਆਪਣੇ ਫਾਦਰ ਸਾਹਿਬ ਵੱਲ ਮੂੰਹ ਕਰਦਾ ਸੀ ਵੀ ਹਾਂ ਤੁਸੀਂ ਦੱਸੋ। ਮੈਨੂੰ ਉਸ ਸਟੱਡੀ ਤਹਿਤ ਇਹ ਹੈ ਕਿ ਮੈਨੂੰ ਇਹਦੇ ਮੂੰਹੋਂ ਸਾਰੀਆਂ ਗੱਲਾਂ ਸੁਣਨੀਆਂ ਜ਼ਰੂਰੀ ਸੀਗੀਆਂ, ਤਾਂ ਇਸ ਕਰਕੇ ਇਹ ਬਿਲਕੁਲ ਠੀਕ ਠਾਕ ਹੈ ਜੀ। ਇਹ ਸਬਕੌਨਸ਼ੀਅਸ ਮਾਇੰਡ ਦੀ ਸਟੱਡੀ ਦੇ ਤਹਿਤ ਇਹ ਬੰਦਾ ਚਿੱਟਾ ਛੱਡ ਚੁੱਕਿਆ, ਅਤੇ ਹੁਣ ਪੂਰਾ ਮਤਲਬ ਇਹ ਗੱਲ ਦਾ ਅਸੀਂ ਦਾਅਵਾ ਕਰਦੇ ਹਾਂ। ਇਸ ਤੋਂ ਪਹਿਲਾਂ ਮਾਝੀ ਸਾਹਿਬ ਕੋਲ ਆਉਣ ਤੋਂ ਪਹਿਲਾਂ ਕਿੰਨੇ ਕੁ ਲੋਕਾਂ ਦੇ ਕੋਲ ਗਏ ਕਿ ਮੇਰੇ ਪੁੱਤ ਦਾ ਭਾਈ ਤੁਸੀਂ ਆਹ ਚੀਜ਼ ਛਡਾਓ ਯਾਰ, ਮੈਂ ਬਹੁਤ ਦੁਖੀ ਹਾਂ ਜੀ। ਜਿਵੇਂ ਮੰਨ ਕੇ ਚੱਲੋ ਵੀ ਜੇ ਕੋਈ ਐਂ ਕਹਿੰਦਾ ਵੀ ਉੱਥੇ ਸਿਆਣਾ ਐਂ ਕਰ ਦੂਗਾ, ਮੈਂ ਕੋਈ ਕੁਛ ਛੱਡੀ ਨਹੀਂ ਹੈਗਾ। ਮਤਲਬ ਮੈਂ ਜਦੋਂ ਇਹ ਤਾਂ ਇੰਨੇ ਇੰਨੇ ਪੈਸੇ ਲਾ ਸਕਦਾ, ਮੈਂ ਸੋਚਦਾ ਦੀ ਵੀ ਹੋਰ ਵਗ ਜਾਣਗੇ, ਹੋਰ ਵੀ ਮਤਲਬ ਮੈਂ ਬਹੁਤ ਥਾਵੇਂ ਗਿਆ, ਮੈਨੂੰ ਕੋਈ ਇਹੋ ਜਿਹਾ ਤਾਂ ਮਿਲਿਆ ਨਹੀਂ ਹੈਗਾ ਵੀ ਇਹਨੂੰ ਛਡਾਉਣ ਵਾਲਾ ਐਂ ਕਹਿੰਦਾ ਸੀ ਬਸ ਆਈ ਚੱਲੋ ਤੁਸੀਂ, ਹੌਲੀ 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 ਕੰਮ ਹੋਊ, ਹੌਲੀ ਮਤਲਬ ਜਿਹੜਾ ਇਹ ਹੈ। ਚਲੋ ਜਿਵੇਂ ਮੰਨ ਕੇ ਚੱਲੋ ਹੁਣ ਇਹ ਕਹਿੰਦੇ ਨੇ ਵੀ ਅਸੀਂ ਸਟੇਡੀ ਲਾ ਲੈ, ਅਸੀਂ ਤਾਂ ਐਂ ਕਹਾਂਗੇ ਵੀ ਸਾਡੇ ਪਾਸ ਰੱਬ ਹੈ ਇਹ, ਜਿਹੜਾ ਮਤਲਬ ਸਾਡਾ ਘਰ ਵੱਸਦਾ ਕਰਿਆ ਇਹਨੇ ਵੀ ਇੱਦੂ ਉੱਪਰ ਦੀ ਤਾਂ ਹੁਣ ਰੱਬ ਦੀ ਨਾਂ ਹੈ ਜੀ। ਬਾਕੀ ਦੂਜਾ ਨੰਬਰ ਦਵਾਈ ਇਹਦੀ, ਇਹਦੇ ਨਾਲ ਇਕੱਲਾ ਇਹ ਕੰਮ ਨਹੀਂ ਕਰਦਾ ਸੀ, ਇਹ ਨਾਲੇ ਪੀਂਦਾ ਸੀ, ਨਾਲ ਇਹ ਸੰਗਰੂਰੋਂ ਦਵਾਈ ਵੀ ਲੈ ਕੇ ਜਾਂਦਾ ਰਿਹਾ। ਮਤਲਬ ਹੱਥਣੇ ਸਾਨੂੰ ਕਹਿੰਦਾ ਮੈਂ ਹੁਣ ਮੈਂ ਤਾਂ ਮਾੜਾ ਜਿਹਾ ਕਰ ਰਿਹਾ ਜਾਂ ਮੈਂ ਕੁਛ ਵੀ ਜਾਣੀ, ਮੈਂ ਦਵਾਈ ਲੈ ਲਈ, ਮਤਲਬ ਵੀ ਮੈਂ ਘੱਟ ਕਰਦਾ। ਇਹਦਾ ਦੋ ਦੋ ਡੋਜ਼ਾਂ ਕਰਦਾ ਸੀ, ਇਕੱਲੀ ਡੋਜ਼ ਨਾਲ ਤਾਂ ਇਹ ਪੈਂਦੀ ਨਹੀਂ ਇਹਦਾ। ਫਿਰ ਇਹ ਦਿਨ ਮਨ ਕਰੇ ਸਾਰਾ ਦਿਨ ਰੋਟੀ ਨਾ ਖਾਵੇ, ਫਿਰ ਸਾਰੀ ਰਾਤ ਇਹ ਕੁਛ ਨਾ ਕੁਛ ਖਾਂਦੇ ਹੀ, ਬਿਸਕੁਟ ਇਹ ਹਰ ਵਕਤ ਸਿਰਹਾਣੇ ਰੱਖਦਾ ਬਿਸਕੁਟ। ਰਾਤ ਨੂੰ ਹੁਣ ਵੀ ਅਸੀਂ ਕਈ ਵਾਰ ਇਹ ਬਿਸਕੁਟ ਲੈ ਕੇ ਜਾਂਦਾ, ਅਸੀਂ ਨੇ ਕਿਹਾ ਹੁਣ ਤਾਂ ਹਟ ਜਾ ਬਿਸਕੁਟ ਖਾਣੋਂ, ਉਹ ਪਰ ਆਦਤ ਨਹੀਂ ਹਟ ਰਹੀ। ਫਿਰ ਹੁਣ ਪੂਰਾ ਕੰਮ ਕਰਨ ਨੂੰ ਦਿਲ ਕਰਦਾ ਤੁਹਾਡਾ? ਕੋਈ ਵੀ ਕੰਮ ਕਰਦੇ ਹੁਣ ਘਰਦੇ ਨਾਲ? ਹਾਂ ਜੀ ਕਰ ਦਿੰਦਾ, ਸਾਰਾ ਕੰਮ ਕਰਾਉਣਾ ਖੇਤੀਬਾੜੀ ਦਾ ਹੁਣ ਸਾਰਾ ਪੂਰਾ ਕਰ। ਹਾਂ ਸਾਰਾ ਦਿਨ ਮਤਲਬ ਨਾਲ ਘਰੋਂ ਇਕੱਲਾ ਮੈਂ ਕਿਤੇ ਨਹੀਂ ਜਾਂਦਾ ਜੀ, ਨਾਲ ਮੇਰੇ ਡੈਡੀ ਜਾਣਗੇ ਜਿੱਥੇ ਵੀ ਜਾਂਦੇ ਜਿੱਥੇ ਵੀ ਜਾਣਾ। ਨੌਜਵਾਨਾਂ ਨੂੰ ਕੀ ਸੁਨੇਹਾ ਜਿਹੜਾ ਚਿੱਟਾ ਲਾ ਰਹੇ ਨੇ ਪੰਜਾਬ ਦੇ ਵਿੱਚ? ਕਈ ਲੋਕ ਹੈਗੇ ਨੇ, ਕਈ ਵਧੀਆ ਵੀ ਮੁੰਡੇ ਨੇ ਜਿਹੜੇ ਛੱਡ ਵੀ ਚੁੱਕੇ ਨੇ। ਨੌਜਵਾਨਾਂ ਨੂੰ ਤਾਂ ਇਹੀ ਸੁਨੇਹਾ ਵੀ ਤੁਸੀਂ ਆਓ ਬਾਈ ਜੀ ਲਵੇ ਵੀ ਵੀ ਤੁਹਾਨੂੰ ਕਲਾਸਾਂ ਲਾਉਣਗੇ ਤਾਂ ਵੀ ਤੁਹਾਨੂੰ ਵੀ ਮਤਲਬ ਕੋਈ ਤੋੜ ਤਕਲੀਫ ਕੁਛ ਵੀ ਨਹੀਂ ਹੋਣਾ ਹੈਗਾ। ਪਹਿਲੇ ਦਿਨ ਤੁਸੀਂ ਜਿਵੇਂ ਜੇ ਦਵਾਈ ਵੀ ਲੈਂਦੇ ਹਾਂ ਤਾਂ ਵੀ ਤੋੜ ਤਕਲੀਫ ਆਉਂਦੀ ਆ, ਬਿਨਾਂ ਦਵਾਈ ਦੀ ਤੋੜ ਤਕਲੀਫ ਕੁਛ ਵੀ ਨਹੀਂ ਆਉਂਦੀ ਹੈਗੀ। ਬਾਈ ਜੀ ਲਵੇ ਆਓ ਤੁਸੀਂ, ਪਹਿਲੇ ਦਿਨ ਤੁਸੀਂ ਤੁਹਾਡਾ ਚਿੱਟਾ ਬੰਦ ਹੋਊਗਾ ਪਹਿਲੇ ਦਿਨ ਤੁਸੀਂ। ਬਹੁਤ ਬਹੁਤ ਧੰਨਵਾਦ। ਇਹ ਨੌਜਵਾਨ ਸੀ ਉਹ ਪੰਜਾਬ ਦੇ ਜਿਹਨੇ ਦੱਸਿਆ ਕਿ ਹਰ ਰੋਜ਼
10 ਤੋਂ ਲੈ ਕੇ 15,000 ਰੁਪਏ ਦਾ ਚਿੱਟਾ ਲਗਾ ਦਿੰਦੇ ਸੀ। ਹੱਥਾਂ ਦੇ ਉੱਤੇ, ਬਾਹਾਂ ਦੇ ਉੱਤੇ ਟੀਕੇ ਲੱਗੇ ਹੋਏ ਨੇ। ਐਸੀ ਕੋਈ ਜਗ੍ਹਾ ਨਹੀਂ ਛੱਡੀ ਇਸ ਨੌਜਵਾਨ ਨੇ ਜਿੱਥੇ ਟੀਕਾ ਨਾ ਲਾਇਆ। ਹੱਥਾਂ ਦੇ ਉੱਪਰ ਵੀ, ਹਥੇਲੀਆਂ ਦੇ ਉੱਪਰ ਵੀ ਟੀਕੇ ਇਸ ਨੌਜਵਾਨ ਦੇ ਵੱਲੋਂ ਲਗਾਏ ਸੀ। ਕਾਫੀ ਲੱਖਾਂ ਰੁਪਇਆ ਇਹਨੇ ਬਰਬਾਦ ਕੀਤਾ। ਹੁਣ ਭਾਈ ਹਰਜਿੰਦਰ ਸਿੰਘ ਮਾਝੀ ਨੇ ਜੋ ਦਿਮਾਗ ਦੀ ਸਟੱਡੀ ਕੀਤੀ ਹੈ, ਉਸ ਤਰੀਕੇ ਦੇ ਨਾਲ ਇਸ ਨੌਜਵਾਨ ਨੇ ਜਿਹੜਾ ਉਹ ਚਿੱਟਾ ਛੱਡਿਆ ਹੈ, ਅਤੇ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਸੁਨੇਹਾ ਦੇ ਰਿਹਾ ਕਿ ਤੁਸੀਂ ਇਸ ਨਰਕ ਦੇ ਵਿੱਚੋਂ ਬਾਹਰ ਨਿਕਲੋ, ਆਪਣੀ ਜ਼ਿੰਦਗੀ ਜੀਓ, ਆਪਣੇ ਮਾਪਿਆਂ ਨੂੰ ਸੁੱਖ ਦਿਓ। ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ, ਟੀਵੀ ਸੰਗਰੂਰ।